ਕਿਉਂਕਿ ਪਿਛਲੇ 8-10 ਸਾਲਾਂ ਤੋਂ ਜਾਂ 15 ਸਾਲਾਂ ਤੋਂ ਲਾਂਭਾ ਮਿਲ ਰਿਹਾ ਸੀ ਮੈਨੂੰ ਕਿ ਭੱਲਾ ਜੀ ਤਾਂ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਨਾਲ ਛਾਏ ਪਏ ਆ ਅਤੇ 27 ਛਿੰਕਾਟੇ ਉੱਤੇ, ਅਤੇ ਸਾਡਾ ਵੀ ਲੋਕਾਂ ਨੂੰ ਅਸੀਂ ਵੀ ਇਕੱਠੇ ਆਉਣਾ ਚਾਹੀਦੇ ਆ, ਅਤੇ ਫਿਲਮਾਂ 'ਚ ਸ਼ਰਮਾ ਜੀ ਕਿਉਂ ਘੱਟ ਦੇਖਦੇ ਆ? ਮਤਲਬ ਮੈਂ ਜੇ ਕਹਾਂ ਕਿ ਪੰਜਾਬੀ ਫਿਲਮ ਡੰਮ ਦੇ ਸਭ ਤੋਂ ਵੱਡੇ ਕਮੇਡੀਅਨ, ਸਭ ਤੋਂ ਜ਼ਿਆਦਾ ਲਾਈਕ ਕੀਤੇ ਗਏ ਕਮੇਡੀਅਨ ਹੈਗੇ ਆ, ਕਿੰਗ ਆਫ ਕਮੇਡੀ, ਅਤੇ ਅਸੀਂ ਇਕੱਠੇ ਛਿੰਕਾਟੇ ਸਫ਼ਰ ਕੀਤਾ ਸੀਗਾ ਲੰਬੇ ਸਮਾਂ। ਅਸੀਂ ਉਸ ਵੇਲੇ ਦੇ CM ਸਾਹਿਬ 'ਤੇ ਕੋਈ ਵਿਅੰਗ ਕੀਤਾ, ਉਹ CM ਸਾਹਿਬ ਦੇ 71 ਸੀਗੇ, ਉਹਨਾਂ ਨੇ ਉਸ ਗੱਲ ਨੂੰ ਬੁਰਾ ਮਨਾ ਲਿਆ ਵੀ ਸਾਡੇ CM 'ਤੇ ਕਿਤੇ ਵਿਅੰਗ ਕਰਤਾ। ਉਹ ਗੱਲ ਜਦੋਂ ਵੱਧ ਗਈ ਤਾਂ ਉਹ 71 ਸਾਹਿਬ ਨੇ ਮਤਲਬ ਇਸ ਗੱਲ ਨੂੰ ਇਸ਼ੂ ਬਣਾਇਆ ਜੋਬ ਵਿੱਚ ਕਰਕੇ ਭੱਲਾ ਸਾਹਿਬ ਨੂੰ, ਜਾਂ ਮੈਨੂੰ ਤੁਹਾਨੂੰ ਧਮਕੀ ਮਿਲੀ ਵੀ ਤੁਹਾਨੂੰ ਐਕਸ਼ਨ ਲੈ ਜਾਵਾਂਗੇ। ਅਤੇ ਅਸੀਂ ਜਦੋਂ ਇਕੱਠੇ ਦੋਨੋਂ ਰਲ ਗਏ, ਅਤੇ ਬਹੁਤ ਘੱਟ ਲੋਕਾਂ ਨੂੰ ਗੈਰੀ ਜੀ ਪਤਾ ਵਾ ਕਿ ਭੱਲਾ ਜੀ ਬੇਸਿਕਲੀ ਇਜ਼ ਅ ਵੈਰੀ ਗੁੱਡ ਸਿੰਗਰ। ਵੀ ਭੱਲਾ ਸਾਹਿਬ ਨੂੰ ਫੋਨ ਡਰਦੇ ਰਹੇ, ਹੁਣ ਫਰੈਂਡ ਤਾਂ ਬਣ ਗਿਆ ਸੀ, ਡਰਦੇ ਜੇ ਫੋਨ ਲਾਇਆ ਵੀ ਭੱਲਾ ਸਾਹਿਬ ਭਾਜੀ ਉਹ ਖਬਰ ਜੀ ਸੁਣੀ ਆ, ਭਾਜੀ ਉਹ ਖਬਰ ਸਹੀ ਆ, ਬਾਲਮਕੰਦ ਪੂਰਾ ਹੋ ਗਿਆ? ਕਹਿੰਦੇ ਉਹ ਤਾਂ ਅੱਧਾ ਵੀ ਨਹੀਂ ਹੋਇਆ ਜੀ। ਮੈਂ ਕਿਹਾ ਭੱਲਾ ਸਾਹਿਬ ਆਈ ਸਲੂਟ ਯੂ। ਅਸੀਂ ਸੋਚਦੇ ਹਾਂ ਵੀ ਹੁਣ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਰੱਬ ਦੀ ਕਿਰਪਾ ਨਾਲ ਕੋਸ਼ਿਸ਼ ਕਰਾਂਗੇ ਕੁਛ ਐਸਾ ਪ੍ਰੋਡਿਊਸ ਕਰੀਏ ਜਿਹੜਾ ਇਹ ਵੱਡੇ ਵੱਡੇ ਜਿਹੜੇ ਚੈਨਲ ਆ, ਨੈੱਟਫਲਿਕਸ ਆ, ਐਮਾਜ਼ੋਨ ਵੀਡੀਓ ਆ, ਪ੍ਰਾਈਮ ਆ, ਜਾਂ ਹੋਰ ਜਿਹੜੇ ਨੈੱਟ ਯੂਟਿਊਬ ਆ, ਇਹ ਦੇਖਣ 'ਤੇ ਇਹਦੇ ਰਾਹੀਂ ਚੀਜ਼ ਰਿਲੀਜ਼ ਹੋਵੇ, ਕੋਈ ਵੱਡੀ ਕੰਪਨੀ ਜਿਹੜੀ ਉਹ ਵੀ 4 ਪੈਸੇ ਕਮਾਵੇ, ਅਤੇ ਭੱਲਾ ਜੀ ਦਾ ਨਾਮ ਤਾਂ ਆਲਰੇਡੀ ਰੱਬ ਦੀ ਕਿਰਪਾ ਹੈਗਾ, ਹੋਰ ਸੁਪਰ ਡੁਪਰ ਘਰ ਘਰ ਪਹੁੰਚੇ ਵਾਇਆ ਨੈੱਟ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਗੈਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਸ਼ੋਅ ਲੈ ਕੇ ਮੈਂ ਹਾਜ਼ਰ ਹੋ ਗਿਆ ਸੈਲੀਬ੍ਰਿਟੀ ਫਾਈਲਸ 'ਤੇ। ਅੱਜ ਜਿਸ ਸੈਲੀਬ੍ਰਿਟੀ ਦੀ ਮੈਂ ਫਾਈਲ ਖੋਲਣ ਜਾ ਰਿਹਾ, ਉਹ ਪੰਜਾਬੀ ਇੰਡਸਟਰੀ ਦੇ ਇੱਕ ਐਸੇ ਕਮੇਡੀਅਨ ਨੇ ਜਿਹਨਾਂ ਨੂੰ ਬਹੁਤ ਲੋਕ ਜਾਣਦੇ ਨੇ, ਅਤੇ ਤੁਸੀਂ ਇਹਨਾਂ ਨੂੰ ਛਣਕਾਟੇ ਦੇ ਵਿੱਚ ਦੇਖਿਆ ਹੋਣਾ। ਮੇਰੇ ਨਾਲ ਮੌਜੂਦ ਨੇ ਬਾਲਮਕੰਦ ਸ਼ਰਮਾ ਜੀ। ਸਰ, ਕੀ ਹਾਲ ਚਾਲ ਨੇ? ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਗੈਰੀ ਜੀ, ਤੁਹਾਡਾ ਅਤੇ ਵਿਜ਼ਨ ਪੰਜਾਬ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਕੈਨੇਡਾ ਵੱਸਦੇ ਅਤੇ ਸਮੂਹ ਵਰਲਡ ਵਿੱਚ ਜਿਹੜਾ ਨੈੱਟ ਰਾਹੀਂ ਦੇਖ ਰਹੇ ਚੈਨਲ ਨੂੰ ਪੰਜਾਬੀ ਰੂਬਰੂ ਕਰਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਆ ਬਾਤ ਹੈ ਸਰ, ਕਿਵੇਂ ਦੀ ਚੱਲ ਰਹੀ ਹੈ ਲਾਈਫ ਹੁਣ ਤੱਕ ਦੀ, ਅਤੇ ਅੱਗੇ ਕੀ ਕੁਛ ਨਵਾਂ ਲੈ ਕੇ ਆਉਂਗੇ, ਕਿਉਂਕਿ ਮੈਂ ਸੁਣਿਆ ਕਿ ਛਣਕਾਟ ਆ ਰਹੀ ਹੈ 2020 'ਚ? ਗੈਰੀ ਜੀ, ਗੱਲ ਇਹ ਆ ਕਿ ਮੈਂ ਸਪਟੈਂਬਰ 2019 ਵਿੱਚ ਹੀ, ਹਾਂਜੀ, 4 ਕੁ ਮਹੀਨੇ ਪਹਿਲਾਂ ਹੀ, ਹਾਂਜੀ, ਪੰਜਾਬ ਸਰਕਾਰ ਦੇ ਕੋਪਰੇਟਿਵ ਅਦਾਰੇ ਮਾਰਕਫੈੱਡ ਤੋਂ ਜੀ ਬਤੌਰ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਆਪਦਾ ਸੇਵਾ ਮੁਕਤ ਹੋਇਆ। ਅਤੇ ਸੇਵਾ ਮੁਕਤ ਹੋ ਕੇ ਕੁਦਰਤੀ ਤੌਰ 'ਤੇ ਇੱਕ ਉਮੀਦਾਂ ਹੁੰਦੀਆਂ ਘਰ ਨੂੰ, ਪਰਿਵਾਰ ਨੂੰ, ਸਮਾਜ ਨੂੰ, ਅਤੇ ਖਾਸ ਤੌਰ 'ਤੇ ਭੱਲਾ ਸਾਹਿਬ ਨੂੰ। ਜੀ ਜੀ ਬਿਲਕੁਲ। ਭਈ ਸ਼ਰਮਾ ਜੀ ਹੁਣ ਥੋੜ੍ਹਾ ਜਿਹਾ ਦਫ਼ਤਰੀ ਭਾਰ ਮੁਕਤ ਹੋਏ ਆ ਅਤੇ ਸਾਡੇ ਵੱਲ ਆਉਣਗੇ, ਅਤੇ ਮਨ 'ਚ ਵੀ ਬਹੁਤ ਦੀ ਖੁਆਇਸ਼ ਸੀਗੀ ਕਿਉਂਕਿ ਪਿਛਲੇ 8-10 ਸਾਲਾਂ ਤੋਂ ਜਾਂ 15 ਸਾਲਾਂ ਤੋਂ ਲਾਂਭਾ ਮਿਲ ਰਿਹਾ ਸੀ ਮੈਨੂੰ ਕਿ ਭੱਲਾ ਜੀ ਤਾਂ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਨਾਲ ਛਾਏ ਪਏ ਆ। ਬਿਲਕੁਲ। ਮਤਲਬ ਮੈਂ ਜੇ ਕਹਾਂ ਕਿ ਪੰਜਾਬੀ ਫਿਲਮ ਡੰਮ ਦੇ ਸਭ ਤੋਂ ਵੱਡੇ ਕਮੇਡੀਅਨ, ਸਭ ਤੋਂ ਜ਼ਿਆਦਾ ਲਾਈਕ ਕੀਤੇ ਗਏ ਕਮੇਡੀਅਨ ਹੈਗੇ ਆ, ਕਿੰਗ ਆਫ ਕਮੇਡੀ, ਅਤੇ ਅਸੀਂ ਇਕੱਠੇ ਛਿੰਕਾਟੇ ਸਫ਼ਰ ਕੀਤਾ ਸੀਗਾ ਲੰਬੇ ਸਮਾਂ, ਅਤੇ 27 ਛਿੰਕਾਟੇ ਉੱਤੇ, ਅਤੇ ਸਾਡਾ ਵੀ ਲੋਕਾਂ ਨੂੰ ਅਸੀਂ ਵੀ ਇਕੱਠੇ ਆਉਣਾ ਚਾਹੀਦੇ ਆ, ਅਤੇ ਫਿਲਮਾਂ 'ਚ ਸ਼ਰਮਾ ਜੀ ਕਿਉਂ ਘੱਟ ਦੇਖਦੇ ਆ? ਜੀ, ਤਾਂ ਮੈਂ ਵੀ ਸੋਚਿਆ ਵੀ ਮੈਂ ਰਿਟਾਇਰ ਹੋ ਲਵਾਂ ਅਤੇ ਰੱਬ ਜਿਵੇਂ ਕਹਿੰਦੇ ਚਾਹੂਗਾ ਤੁਹਾਡੇ ਰੂਬਰੂ ਚੰਗੀ ਤਰ੍ਹਾਂ ਫਿਲਮਾਂ 'ਚ ਹੀ ਆਵਾਂਗੇ। ਜੀ ਜੀ। ਅਤੇ ਸਰ, ਜੇ ਸ਼ੁਰੂ ਦੀ ਗੱਲ ਕਰੀਏ ਆਪਾਂ, ਅਤੇ ਕਿਸ ਏਜ ਦੇ ਵਿੱਚ ਤੁਸੀਂ ਸੋਚਿਆ ਸੀਗਾ ਕਿ ਯਾਰ ਹਾਂ ਮੈਂ ਐਂਟਰਟੇਨਮੈਂਟ ਫੀਲਡ ਦੇ ਵਿੱਚ ਜਾਵਾਂ? ਕਿਉਂਕਿ ਅਕਸਰ ਅਸੀਂ ਬੱਚੇ ਦੇਖਦੇ ਹਾਂ ਤਾਂ ਉਹ ਟਾਈਮਾਂ ਦੇ ਵੀ ਸੋਚਦੇ ਸੀ ਯਾਰ ਪੜ੍ਹ ਲਿਖ ਕੇ ਅਫਸਰ ਲੱਗਾਂਗੇ, ਗਵਰਨਮੈਂਟ ਜੋਬ ਕਰਾਂਗੇ। ਉਹ ਤਾਂ ਤੁਸੀਂ ਖੈਰ ਕੀਤੀ ਹੋ, ਅਤੇ ਮੈਂ ਉਹਦੇ ਪੁੱਛੂੰਗਾ ਕਿ ਐਂਟਰਟੇਨਮੈਂਟ ਵਾਲੇ ਪਾਸੇ ਕਿੱਧਰ ਨੂੰ ਆਏ ਤੁਸੀਂ? ਮੈਂ ਤਾਂ ਵੈਸੇ ਹਾਸੇ 'ਚ ਕਹਿਣ ਲੱਗਿਆ ਸੀ ਵੀ ਕਿਤੇ ਕਹਿੰਦੇ ਨੇ ਵੀ ਅਫਸਰ ਲੱਗੇ ਕਿ ਕਮੇਡੀ ਵੀ ਕਰਦੇ ਹੁੰਦੇ ਆ। ਨਹੀਂ, ਗੈਰੀ ਜੀ, ਗੱਲ ਇਹ ਆ, ਹਾਂਜੀ, ਕਹਿੰਦੇ ਹੁੰਦੇ ਵੀ ਜਿਹੜਾ ਬਚਪਨ ਸਾਡਾ ਨਾ ਜੀ, ਉਹ ਸਾਡੇ ਵਾਸਤੇ ਸਭ ਤੋਂ ਵੱਡਾ ਇੱਕ ਮਤਲਬ ਸਿੱਖਿਆ ਦਾ ਇੱਕ ਕਹਿੰਦੇ ਪੰਗੂੜਾ ਬੰਦਾ ਜੀ। ਅਤੇ ਮੈਂ ਜਦੋਂ 4 ਸਾਲ ਦਾ ਸੀ, ਮੈਂ ਲੋਹੀਆਂ ਪਿੰਡ ਜੰਮਿਆ, ਅਤੇ ਸਾਡੇ ਵੱਡੇ ਜਿਹੜੇ ਬ੍ਰਦਰ ਮੇਰੇ ਮਾਸਟਰ ਕਰਮਚੰਦ ਸ਼ਰਮਾ, ਪ੍ਰਿੰਸੀਪਲ ਰਿਟਾਇਰ ਹੋਏ ਆ, ਡਾਕਟਰ VK ਸ਼ਰਮਾ, ਸੁਭਾਸ਼ ਚੰਦਰ ਸ਼ਰਮਾ, ਉਹਨਾਂ ਦੀ ਅਗਵਾਈ 'ਚ ਦੇਖ ਰੇਖ 'ਚ ਨਾ ਮੈਂ ਥੀਏਟਰ ਕਰਨ ਲੱਗ ਗਿਆ। ਅੱਛਾ। ਕਿਉਂਕਿ ਲੋਹੀਆਂ ਨਾਟਕ ਕਲਾ ਕੇਂਦਰ ਸਾਡਾ ਇੱਕ ਬੜਾ ਵੱਡਾ ਇੱਕ ਇਲਾਕੇ 'ਚ ਮਸ਼ਹੂਰ ਥੀਏਟਰ ਕਲੱਬ ਸੀਗੀ ਜੀ, ਅਤੇ ਥੀਏਟਰ ਵਿੱਚ ਉਹਨਾਂ ਨੇ ਮੈਨੂੰ ਜਦੋਂ ਰੂਪ ਪਸੰਦ ਦਾ ਨਾਟਕ ਦੇ ਵਿੱਚ ਰੋਲ ਦਿੱਤਾ ਬੱਚੇ ਦਾ,
ਚਾਈਲਡ ਆਰਟਿਸਟ ਨੂੰ ਪਰਫਾਰਮ ਕੀਤਾ ਅਤੇ ਮੇਰਾ ਕੋਨਫੀਡੈਂਸ ਬਣ ਗਿਆ। ਯਾਨੀ 4 ਸਾਲ ਦੀ ਉਮਰ ਵਿੱਚ ਤੁਸੀਂ ਸਟੇਜ 'ਤੇ ਜਦੋਂ ਆ ਜਾਓ ਤਾਂ ਤੁਹਾਡਾ ਇੱਕ ਮਨ ਹੀ ਸਾਰੇ ਸ਼ਾਬਾਸ਼ ਵੀ ਦਿੰਦੇ ਆ। ਬਿਲਕੁਲ। ਤਾਂ ਫਿਰ ਚੌਥੀ ਪੜ੍ਹਦੇ ਤੱਕ ਮੈਂ ਕਈ ਨਾਟਕ ਕਰ ਲਏ ਸੀ ਅਤੇ 9ਵੀਂ 'ਚ ਪੜ੍ਹਦੇ ਮੈਂ, ਮੇਰੇ ਯਾਦ ਆ 75 ਦੀ ਗੱਲ ਆ ਇਹ, ਮੈਂ 8ਵੀਂ 9ਵੀਂ ਪੜ੍ਹਦਾ ਸੀਗਾ, ਗੌਰਮੈਂਟ ਹਾਈ ਸਕੂਲ ਲੋਹੀਆਂ ਵਿੱਚ ਇੱਕ ਨਾਟਕ ਤਿਆਰ ਕੀਤਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸੀਗਾ, ਇਹ ਲਹੂ ਕਿਸਦਾ ਹੈ ਜੀ। ਉਹ ਨਾਟਕ ਮੈਂ ਡਾਇਰੈਕਟ ਕੀਤਾ। ਅੱਛਾ ਜੀ। ਅਤੇ ਉਹਦੇ ਵਿੱਚ ਰੋਲ ਵੀ ਕੀਤਾ। ਅੱਛਾ। ਅਤੇ ਇਸ ਤਰ੍ਹਾਂ 9ਵੀਂ 10ਵੀਂ 'ਚ ਪੜ੍ਹਦੇ ਹਾਂ, ਇੱਦਾਂ ਮਿਲ ਗਿਆ ਅਤੇ ਜਿਹੜਾ ਵੱਡਾ ਪਲੇਟਫਾਰਮ ਮਿਲਿਆ ਉਹ ਪੀਏ ਯੂ ਲੁਧਿਆਣਾ ਆ ਕੇ ਮਿਲਿਆ। ਹਾਂਜੀ ਹਾਂਜੀ, ਮਤਲਬ ਛੋਟੀ ਉਮਰ 'ਚ ਡਾਇਰੈਕਟਰ ਵੀ ਬਣ ਗਏ ਜੀ। ਹਾਂ, 9ਵੀਂ 'ਚ ਪੜ੍ਹਦੇ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਨੂੰ ਲੱਗਾ ਕਿ ਇਹ ਕਰਨਾ, ਔਰ ਵਾਕਈ ਉਸ ਚੀਜ਼ ਦਾ ਫਾਇਦਾ ਹੀ ਮਿਲਿਆ। ਹਾਂਜੀ। ਕਿ ਜਦੋਂ ਯੂਨੀਵਰਸਿਟੀ ਵਿੱਚ ਅਸੀਂ ਗਏ ਪੀਏ ਯੂ ਲੁਧਿਆਣਾ 'ਚ ਅਤੇ ਫਸਟ ਈਅਰ ਵਿੱਚ ਹੀ ਕਲਾਸ ਫੈਲੋ ਮੇਰੇ ਬਣ ਗਏ, ਮੇਰੀ ਖੁਸ਼ਕਿਸਮਤੀ ਨੂੰ ਜਸਵਿੰਦਰ ਭੱਲਾ ਜੀ। ਹਾਂਜੀ। ਰੋਲ ਨੰਬਰ ਮੇਰਾ 2, ਉਹਨਾਂ ਰੋਲ ਨੰਬਰ 27। ਅੱਛਾ ਜੀ। ਕਿਉਂਕਿ ਬੀ ਅਤੇ ਜੇ ਇੰਨਾ ਫਰਕ ਪੈ ਗਿਆ, ਅਤੇ ਅਸੀਂ ਜਦੋਂ ਇਕੱਠੇ ਦੋਨੋਂ ਰਲ ਗਏ ਅਤੇ ਬਹੁਤ ਘੱਟ ਲੋਕਾਂ ਨੂੰ ਗੈਰੀ ਜੀ ਪਤਾ ਵਾ ਕਿ ਭੱਲਾ ਜੀ ਬੇਸਿਕਲੀ ਇਜ਼ ਅ ਵੈਰੀ ਗੁੱਡ ਸਿੰਗਰ। ਹਾਂਜੀ ਹਾਂਜੀ, ਬਿਲਕੁਲ, ਗਾਉਂਦੇ ਬਹੁਤ ਸੋਹਣਾ। ਹਾਂਜੀ ਹਾਂਜੀ। ਅਤੇ ਮੈਂ ਥੀਏਟਰ 'ਚੋਂ ਆਇਆ ਸੀਗਾ ਅਤੇ ਸਾਡੇ ਜਿਹੜੇ ਇੰਚਾਰਜ ਸੀਗੇ ਪ੍ਰੋਫੈਸਰ ਕੇਸ਼ਵਰਾਮ ਸ਼ਰਮਾ, ਉਹਨਾਂ ਨੇ ਕਿ ਹੱਥ ਖੜੇ ਕਰੋ ਵੀ ਕੌਣ ਕੌਣ ਬੰਦੇ ਕਲਚਰਲ ਆਈਟਮ ਵਿੱਚ ਭਾਗ ਲੈਣਗੇ, ਅਤੇ ਮੈਂ ਹੱਥ ਖੜਾ ਕੀਤਾ, ਕਹਿੰਦੇ ਕਿਹੜਾ ਫੀਲਡ, ਮੈਂ ਕਿਹਾ ਜੀ ਥੀਏਟਰ। ਹਾਂਜੀ। ਭੱਲਾ ਸਾਹਿਬ ਸਿੰਗਿੰਗ। ਅੱਛਾ ਜੀ। ਸਾਨੂੰ ਉਹਨਾਂ ਨੇ ਇਕੱਠੇ ਕਰਤਾ। ਹਾਂਜੀ। ਅਤੇ ਮੇਰਾ ਮਤਲਬ ਸੀਗਾ ਵੀ ਉਹ ਥੀਏਟਰ ਪਹਿਲਾਂ ਕੀਤਾ ਕਰਕੇ ਮੇਰਾ ਉਤਸ਼ਾਹ ਬਣ ਗਿਆ। ਹਾਂਜੀ। ਉੱਥੇ ਜਾ ਕੇ ਨਾਟਕ ਵੀ ਮੈਂ ਖੇਡਿਆ, ਇਹ ਲੂਕਿਸ ਦਾ ਖੇਡਿਆ, ਫਿਰ ਹੋਰ ਨਾਟਕ ਖੇਡਣੇ ਸ਼ੁਰੂ ਕੀਤੇ, ਫਿਰ ਭੱਲਾ ਜੀ ਅਤੇ ਮੈਂ ਇਕੱਠੇ ਕਈ ਨਾਟਕ ਕੀਤੇ ਜਿਹਦੇ 'ਚ ਉਹਨਾਂ ਫਾਦਰ ਬਣਦੇ ਸੀ, ਮੈਂ ਬੇਟਾ ਬਣਦਾ ਸੀਗਾ, ਬੜੇ ਨਾਟਕ ਇਕੱਠੇ ਕੀਤੇ ਸੀ। ਪਰ ਜੇ ਮੈਂ ਤੁਹਾਡੇ ਘਰ ਦੀ ਗੱਲ ਲਾਵਾਂ, ਤੁਸੀਂ ਘਰ ਤੋਂ ਮੇਰੇ ਖਿਆਲ ਤੋਂ ਸਭ ਤੋਂ ਛੋਟੇ ਹੋ ਜੀ, ਅਤੇ ਲਾਡਲੇ ਵੀ ਹੋ, ਅਤੇ ਘਰਦਿਆਂ ਵੱਲੋਂ ਫੁੱਲ ਸਪੋਰਟ ਸੀਗਾ ਕਿ ਹਾਂ ਸਾਡਾ ਬੱਚਾ ਯਾਰ ਥੀਏਟਰ ਜਾ ਰਿਹਾ, ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਉਸ ਟਾਈਮ 'ਚ ਕੋਈ ਘਰਦੇ ਖਾਸ ਸਪੋਰਟ ਕਰਦੇ ਹੋਣੇ ਇਸ ਚੀਜ਼? ਨਹੀਂ, ਇੱਦਾਂ ਸੀ ਗਰੀ ਜੀ ਵੀ ਫੁੱਲ ਸਪੋਰਟ ਹੀ ਰਹੀ ਆ। ਉਹਦਾ ਕਾਰਨ ਸੀ ਵੀ ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਘਰ ਦੇ ਵਿੱਚ ਮਾਹੌਲ ਸੀ ਥੀਏਟਰ ਦਾ, ਲੋਹੀਆਂ ਨਾਟਕ ਕਲਾ ਕੇਂਦਰ ਦੇ ਬੈਨਰ ਹੇਠ ਵੱਡੇ ਭਾਈ ਸਾਹਿਬ ਸਟੇਟ ਸੈਕਟਰੀ ਬੰਦੇ ਸੀਗੇ, ਡਾਕਟਰ ਸਾਹਿਬ ਅਤੇ ਸੁਭਾਸ਼ ਭਾਜੀ ਬਹੁਤ ਅੱਛੇ ਤਰ੍ਹਾਂ ਐਕਟਰ ਸੀਗੇ। ਸੁਭਾਸ਼ ਭਾਜੀ ਸਾਡੇ ਜਿਹੜੇ ਉਹ ਜਿਹੜੇ ਇਤਿਹਾਸਕ ਰੋਲ ਹੈਗੇ ਆ, ਨਵਾਬ ਦੇ ਰੋਲ ਕਰਨੇ, ਮੁਗਲ ਬਾਦਸ਼ਾਹ ਦੇ ਰੋਲ ਕਰਨੇ, ਬੜੇ ਅੱਛੇ ਐਕਟਰ ਸੀਗੇ, ਅਤੇ ਮੈਂ ਉਹਨਾਂ ਨੂੰ ਨਾ ਮਤਲਬ ਸਿੱਖਦਾ ਹੁੰਦਾ ਸੀਗਾ ਵੀ ਇਸ ਤਰ੍ਹਾਂ ਬੋਲੀਦਾ, ਇਸ ਤਰ੍ਹਾਂ ਕਰੀਦਾ। ਸੋ ਘਰ 'ਚ ਜਿਹੜਾ ਮਾਹੌਲ ਮੈਂ ਸਮਝਦਾ ਮੇਰੇ ਵਾਸਤੇ ਬਹੁਤ ਹੀ ਸਿਖਾਵਾਂ ਸੀ ਜੀ, ਜਿਹਦੇ ਕਰਕੇ ਮੈਂ ਥੋੜ੍ਹਾ ਬਹੁਤ ਕਰ ਪਾਇਆ। ਹਾਂਜੀ ਹਾਂਜੀ। ਅਤੇ ਉੱਥੇ ਵੀ ਗੱਲ ਕਰਾਂਗੇ ਤੁਸੀਂ ਜਦੋਂ ਮਿਲੇ ਭੱਲਾ ਜੀ ਨੂੰ, ਅਤੇ ਉਹ ਜਿਵੇਂ ਸਿੰਗਰ ਸੀਗੇ ਤੁਸੀਂ ਪਹਿਲਾਂ ਹੀ ਥੀਏਟਰ ਕੀਤਾ ਹੋਇਆ, ਅਤੇ ਫਿਰ ਕਿਵੇਂ ਦੋਨਾਂ ਨੇ ਕਲੈਬਰੇਟ ਕੀਤਾ ਕਿ, ਕਿਉਂਕਿ ਉਹਨਾਂ ਨੂੰ ਮੈਨੂੰ ਲੱਗਦਾ ਥੋੜ੍ਹੀ ਜਿਹੀ ਔਖੀ ਹੋਣੀ, ਕਿਉਂਕਿ ਐਜ਼ ਅ ਸਿੰਗਰ ਜੇ ਆਪਾਂ ਐਕਟਿੰਗ ਵੱਲ ਆਈਏ ਥੋੜ੍ਹਾ ਜਿਹਾ ਔਖਾ ਲੱਗਦਾ ਬੰਦੇ ਨੂੰ। ਨਹੀਂ, ਇੱਦਾਂ ਸੀ ਜੀ, ਭੱਲਾ ਜੀ ਦਾ ਜਿਹੜਾ ਗੁਣ ਸੀ ਨਾ, ਹਾਂਜੀ, ਉਹ ਸਿਰਫ ਸਿੰਗਿੰਗ ਨਹੀਂ ਸੀ, ਉਹਨਾਂ ਦੀ ਇੱਕ ਬਲੈਸਿੰਗ ਸੀ ਕਿ ਪੈਰੋਡੀ ਰਾਈਟਰ। ਯਾਨੀ ਸਾਡੀ ਯੂਨੀਵਰਸਿਟੀ 'ਚ ਪੀਏਯੂ 'ਚ ਅਸੀਂ 77 ਤੋਂ 84 ਤੱਕ 7 ਸਾਲ ਜਦੋਂ ਪੜ੍ਹਦੇ ਰਹੇ, ਤਾਂ ਉਹਦੇ ਵਿੱਚ ਯੂਨੀਵਰਸਿਟੀ ਦੇ ਮਾਹੌਲ 'ਤੇ ਉਹਨਾਂ ਦਿਨਾਂ 'ਚ ਗੁਰਦਾਸ ਮਾਨ ਜੀ ਦਾ ਤੁਹਾਨੂੰ ਯਾਦ ਹੋਵੇ, 2 ਗੀਤ ਬੜੇ ਹਿੱਟ ਹੋਏ ਸੀਗੇ, ਮਾਮਲਾ ਗੜਬੜ ਹੈ, ਹਾਂਜੀ, ਅਤੇ ਦੂਜਾ ਗੀਤ ਹੈ ਕੀ ਬਣੂ ਦੁਨੀਆ ਦਾ। ਹਾਂਜੀ। ਭੱਲਾ ਜੀ ਨੇ ਉਹਨਾਂ ਗੀਤਾਂ ਨੂੰ ਸਾਡੀ ਪੀਏਯੂ ਦੇ 5 ਕਾਲਜ ਅਤੇ ਕੁੜੀਆਂ ਦਾ ਕਾਲਜ ਹੋਮ ਸਾਇੰਸ ਕਾਲਜ, ਉਹਨਾਂ ਦੇ ਵਿੱਚ ਫਿੱਟ ਕਰਕੇ ਇੰਨੀਆਂ ਸੋਹਣੀਆਂ ਪਰੋਡੀ ਲਿਖੀਆਂ, ਮੇਰੇ ਹਜੇ ਤੱਕ ਯਾਦ ਹੈ ਕੀ ਬਣੂ ਪੀਏਯੂ ਦਾ, ਇਹ ਡੀਨ ਡਾਇਰੈਕਟਰ ਜਾਣੇ। ਠੀਕ ਹੈ ਜੀ। ਇਸ ਤਰ੍ਹਾਂ ਮਾਮਲਾ ਗੜਬੜ ਹੈ, ਜਦੋਂ ਹੋਮ ਸਾਇੰਸ ਦੀ ਕੁੜੀ ਬਾਗ ਵਿੱਚ ਆਉਣ ਲੱਗੇ, ਜਦੋਂ ਐਗਰੀਕਲਚਰ ਕਾਲਜ ਦੇ ਰਾਂਝੇ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਲੱਗੇ, ਸੋ ਉਹ ਜਿਹੜੀ ਤੁਸੀਂ ਕਸਟਮਾਈਜ਼ ਕਰਕੇ ਲੋਕਲ ਮਾਹੌਲ ਦੇ ਵਿੱਚ ਗੀਤ ਸਿਰਜਦੇ ਆ, ਅਤੇ ਫਿਰ ਭੱਲਾ ਸਾਹਿਬ ਨੇ ਗਾਉਣਾ, ਅਤੇ ਉਹਨਾਂ ਦਾ ਇੱਕ ਮਿਆਰ ਬਹੁਤ ਉੱਚਾ ਹੋ ਗਿਆ ਸੀ ਉਦੋਂ ਹੀ ਪੜ੍ਹਦੇ। ਪਰ ਇਹ ਹੈ ਵੀ ਜਦੋਂ 1981-82 'ਚ ਸਾਡੀ ਆਪਾਂ ਹਰ ਕਾਲਜ 'ਚ ਹੁੰਦਾ ਇੱਕ ਫੇਅਰਵੈਲ ਪਾਰਟੀ ਦਿੰਦੇ ਹਾਂ, ਬਿਲਕੁਲ, ਜਿਹੜਾ ਵੀ ਆਊਟਗੋਇੰਗ ਕਲਾਸ ਆ ਆਪਾਂ ਕਹਿੰਦੇ ਵੀ ਇਹਨਾਂ ਨੂੰ ਪਾਰਟੀ ਕਰੋ, ਪ੍ਰੀ ਫਾਈਨਲ ਪਾਰਟੀ ਕਰਦੀ ਆ ਅਤੇ ਫਾਈਨਲ ਪਾਰਟੀ ਲੈਂਦਾ। ਉਹ ਪਾਰਟੀ ਵੇਲੇ ਸਾਡੇ ਦੋਨਾਂ ਦਿਮਾਗ 'ਚ ਸ਼ਰਾਰਤ ਆਈ ਵੀ ਭੱਲਾ ਸਾਹਿਬ ਆਪਾਂ ਕੋਈ ਵੱਖਰੀ ਵੰਨਗੀ ਕਰੀਏ। ਹਾਂਜੀ। ਉਹ ਕਹਿੰਦੇ ਕੀ ਹੋ ਸਕਦਾ, ਮੈਂ ਕਿਹਾ ਆਪਾਂ ਇੱਦਾਂ ਕਰੀਏ ਭੰਡਾਂ ਦੀਆਂ ਨਕਲਾਂ ਕਰੀਏ। ਉਹ ਦਰਾਹੇ ਸੀ, ਮੇਰਾ ਪਿੰਡ ਲੋਹੀਆਂ ਸੀ, ਉਹ ਦਰਾਹੇ ਤੋਂ ਮੈਂ ਲੋਹੀਆਂ ਤੋਂ ਕੁਛ ਨਕਲਾਂ ਦੀਆਂ ਵੰਨਗੀਆਂ ਲਾ ਕੇ ਲੱਭ ਕੇ ਲਿਆ, ਤੁਹਾਨੂੰ ਯਾਦ ਆ ਚਮਾਟੇ ਮਾਰਨਾ ਭੰਡ, ਬਿਲਕੁਲ ਬਿਲਕੁਲ। ਉਹ ਅਸੀਂ ਸ਼ੁਰੂ ਕੀਤਾ 81 'ਚ,
ਜਦੋਂ ਸਟੇਜ 'ਤੇ ਗਏ ਤਾਂ ਸਾਡੇ ਡੀਨ ਸੀਗੇ, ਫਿਰ VC ਰਿਟਾਇਰ ਹੋ ਗਏ, ਹੁਣ ਉਹਨਾਂ ਦੀ ਡੈਥ ਹੋ ਗਈ ਪਿੱਛੇ ਜਿਹੇ, ਡਾਕਟਰ ਖੇਮ ਸਿੰਘ ਗਿੱਲ, ਉਹ ਇੰਨਾ ਖੁਸ਼ ਹੋਏ, ਇੰਨਾ ਖੁਸ਼ ਹੋਏ, 100 ਰੁਪਈਆ 81 100 ਰੁਪਈਆ, ਅੱਜ ਦੇ 1000 ਰੁਪਏ ਤੋਂ ਵੱਧ ਹੋਊਗਾ ਜੀ, ਬਹੁਤ ਸੀਗਾ ਉਹ 100 ਰੁਪਈਆ ਨਾਮ ਲੈ ਕੇ ਆਏ ਤਾਂ ਕਹਿੰਦੇ ਬੱਚੇ ਤੁਹਾਡੀ ਆਈਟਮ ਤੁਸੀਂ ਇੰਨਾ ਵਧੀਆ ਕੀਤੀ ਆ, ਅਤੇ ਗੁਰਭਜਨ ਗਿੱਲ ਹੋਰੀ ਜੋ ਸਾਡੇ ਉਸਤਾਦ ਵੀ ਨੇ, ਰਾਈਟਰ ਬਹੁਤ ਵੱਡੇ, ਸਾਥ ਸਭਾ ਦੇ ਪ੍ਰਧਾਨ ਨੇ, ਉਹਨਾਂ ਨੇ ਫਿਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਆਰਟੀਕਲ ਲਿਖਿਆ, ਖੁਰਦੇ ਸੱਭਿਆਚਾਰ ਦੇ ਰਾਖੇ ਭੱਲਾ ਅਤੇ ਬਾਲ ਮੁਕੰਦ, ਸਾਨੂੰ ਖਿਤਾਬ ਦਿੱਤਾ ਉਹਨਾਂ ਨੇ ਵੀ ਅਸੀਂ ਸੱਭਿਆਚਾਰ ਸੰਭਾਲ ਦੀ ਕੋਸ਼ਿਸ਼ ਕੀਤੀ ਆ। ਸੋ ਪੰਡਾਂ ਦੀ ਕਮੇਡੀ ਦੀ ਸ਼ੁਰੂਆਤ ਤੋਂ ਸਾਡੀ ਕਮੇਡੀ ਦੀ ਬਿਗਨਿੰਗ ਹੋਈ। ਅਤੇ ਜੇ ਗੱਲ ਕਰੀਏ ਤੁਸੀਂ ਕਿਹਾ 100 ਰੁਪਇਆ ਦਿੱਤਾ, ਅਤੇ ਉਹ ਅੱਜ ਤੱਕ ਸਾਂਭ ਕੇ ਰੱਖਿਆ ਹੈ ਕਿ ਨਹੀਂ? ਮੈਨੂੰ ਬਿਲਕੁਲ ਇਸ ਗੱਲ ਦੀ ਖੁਸ਼ੀ ਆ ਵੀ ਉਹ ਜਿਹੜਾ 100 ਰੁਪਈਆ ਸੀ, ਕਿਉਂਕਿ ਜ਼ਿੰਦਗੀ ਦਾ ਪਹਿਲਾ ਇਨਾਮ ਹੁੰਦਾ, ਇੱਕ ਇਹ ਮੇਰੇ ਕੋਲ ਮਤਲਬ ਨਾ ਨੋਟ ਜਿਹੜੇ ਆ ਮੈਂ ਕਦੀ ਮਤਲਬ ਵਸਾਰੇ ਨਹੀਂ। ਇੱਕ ਤਾਂ ਚਲੋ ਉਸ ਵੇਲੇ ਦਾ ਸੀਗਾ ਜਿਹੜਾ ਮੈਨੂੰ ਡਾਕਟਰ ਸਾਹਿਬ ਨੇ ਦਿੱਤਾ, ਔਰ ਇੱਕ ਮੇਰੇ ਇੱਥੇ ਨਾ ਸਾਡੇ ਨਕੋਦਰ ਦੇ ਕੋਲੋਂ ਬਹੁਤ ਮਾਨਤਾ ਵਾ, ਇੱਥੇ ਗੁਰਦਾਸ ਮਾਨ ਜੀ ਜਾਂਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੁਰਾਦ ਸ਼ਾਹ ਜੀ। ਅੱਛਾ ਜੀ। ਅਤੇ ਮੁਰਾਦ ਸ਼ਾਹ ਜੀ ਦੇ ਮੈਂ ਇੱਕ ਵਾਰੀ ਸਮਰਾ ਸਾਹਿਬ ਸਾਡੇ ਚੇਅਰਮੈਨ ਜਿਹੜੇ ਨੇ ਇਹਨਾਂ ਨਾਲ ਲੈ ਕੇ ਗਿਆ ਸੀ ਅਤੇ ਦਰਸ਼ਨ ਕਰਨ ਗਿਆ, ਉਹਨਾਂ ਨੇ ਦੂਰੋਂ ਹੀ ਦੇਖਿਆ ਜੇ ਮੈਂ ਆਉਂਦਾ ਹੀ ਪਿਆ ਸੀਗਾ, ਉਹ ਭੱਲਾ ਦਰਾਹੇ ਵਾਲਾ ਸ਼ਰਮਾ ਛਨਕਾਟਾ, ਅਤੇ 100 ਰੁਪਈਆ ਮੇਰੀ ਜੇਬ 'ਚ ਐਂ ਮਾਰਿਆ, ਉਹ ਮੈਂ ਤੱਕ ਸੰਭਾਲ ਕੇ ਰੱਖਿਆ। ਕਿਆ ਬਾਤ ਹੈ ਜੀ। ਸੋ ਬਾਬਾ ਜੀ ਦਾ 100 ਰੁਪਈਆ ਦਿੱਤਾ, ਮੈਨੂੰ ਲੱਗਦਾ ਪਤਾ ਨਹੀਂ ਕੀ ਆਸ਼ੀਰਵਾਦ ਬਾਬਾ ਜੀ ਦਾ ਛੁਪਿਆ ਹੋਊਗਾ ਜਿਹੜਾ ਸਾਨੂੰ ਦਿੱਤਾ ਉਹਨਾਂ ਨੇ। ਅਤੇ ਜਿਹੜਾ ਪਹਿਲਾਂ ਸਟੇਜ ਦੇ ਉੱਤੇ ਮਿਲਿਆ ਸੀਗਾ ਉਹਨੂੰ ਲੈ ਕੇ ਕਿਤੇ ਲੜਾਈ ਨਹੀਂ ਹੋਈ ਕਿ ਯਾਰ ਇਹ ਮੈਂ ਰੱਖੂੰਗਾ ਮੈਂ ਰੱਖੂੰਗਾ? ਉਹ ਇਸ ਤਰ੍ਹਾਂ ਸੀ ਕਿ ਇਸ ਮਾਮਲੇ 'ਚ ਮੈਂ ਸਮਝਦਾ ਕਿ ਨੋਟ ਦੈਟ ਭੱਲਾ ਜੀ ਮੇਰੇ ਬਹੁਤ ਕਰੀਬੀ ਮਿੱਤਰ ਨੇ, ਐਜ਼ ਇਨਸਾਨ ਵੀ ਨਾ ਗੈਰੀ ਜੀ ਉਹ ਇੰਨੇ ਵਧੀਆ ਇਨਸਾਨ ਨੇ ਨਾ, ਵੀ ਉਹਨਾਂ ਨੇ ਮੈਂ ਬਲਕਿ ਕਹਿੰਦਾ ਹੁੰਦਾ ਕਿ ਜਸਵਿੰਦਰ ਕਈ ਵਾਰੀ ਮੈਂ ਉਹਨਾਂ ਫਾਈਨੈਂਸ਼ੀਅਲ ਸ਼ੇਅਰ ਡਿਜ਼ਰਵ ਨਹੀਂ ਕਰਦਾ, ਬਲਕਿ ਮੈਂ ਤੁਹਾਨੂੰ ਹੱਸਦੀ ਗੱਲ ਸੁਣਨਾ ਕਿ ਇੱਦਾਂ ਅਸੀਂ ਨਾ 93-95 ਜਾਣਾ ਸ਼ੁਰੂ ਹੋਇਆ ਕੈਨੇਡਾ ਅਮਰੀਕਾ ਸ਼ੋਆਂ ਵਾਸਤੇ, ਅਤੇ ਸ਼ੋਅ ਅਸੀਂ ਦੋਨੇ ਜਾਣੇ ਜਦੋਂ ਪਰਫੋਰਮ ਕਰਿਆ ਕਰਨਾ ਅਤੇ ਉੱਥੇ ਨੈਚੁਰਲੀ ਜਿਵੇਂ ਤੁਸੀਂ ਐਂਕਰ ਕਰ ਰਹੇ ਹੁਣ ਵਿਜ਼ਨ ਪੰਜਾਬ ਦਾ, ਇਸ ਤਰ੍ਹਾਂ ਉੱਥੇ ਵੈਨਕੂਵਰ 'ਚ ਬੜਾ ਪਾਪੂਲਰ TV ਸੀ ਉਸ ਵੇਲੇ, ਅਤੇ ਸੁਸ਼ਮਾ ਜੀ ਐਂਕਰ ਸੀ, ਸੁਸ਼ਮਾ ਜੀ ਬੜੇ ਰਿਸਪੈਕਟਡ ਲੇਡੀ ਸੀਗੇ, ਅਤੇ ਜਿੰਨੇ ਵੀ ਉੱਥੇ ਕਿਉਂਕਿ ਸ਼ੋਅ ਹੋਣੇ ਅਮਿਤਾਭ ਬੱਚਨ ਜੀ ਤੋਂ ਲੈ ਕੇ ਉਹ ਹੋਸਟ ਵੀ ਕਰਦੀ ਸੀ, ਉਦੋਂ TV ਘੱਟ ਹੁੰਦੇ ਸੀ ਜੀ ਬਿਲਕੁਲ, ਮੈਂ ਗੱਲ ਕਰ ਰਿਹਾ ਹੁਣ ਇਹ 27 ਸਾਲ ਪੁਰਾਣੀ, ਉਹ ਸਾਨੂੰ ਲਾਈਵ ਸ਼ੋਅ 'ਤੇ ਲੈ ਗਈ ਕਿਉਂਕਿ ਸ਼ੋਅ ਪ੍ਰਮੋਟ ਕਰਨਾ ਸੀ, ਮੈਂ ਤਾਂ ਭੱਲਾ ਜੀ ਬੈਠੇ ਸੈਂਟਰ 'ਚੋਂ ਬੈਠੀ ਅਤੇ ਕੁਐਸਚਨ ਕਰ ਬੈਠੀ ਜਿਹੜਾ ਤੁਸੀਂ ਵੀ ਜਾਣਨਾ ਚਾਹਿਆ, ਕਹਿੰਦੀ ਭੱਲਾ ਜੀ ਸ਼ਰਮਾ ਜੀ ਤੁਸੀਂ ਦੋਨੋਂ ਬੜੇ ਅੱਛੇ ਆਪਸ ਤਾਲਮੇਲ ਬਿਠਾ ਕੇ ਰੱਖਦੇ ਹੋ, ਅਤੇ ਜਦੋਂ ਤੁਸੀਂ ਆਪਸ 'ਚ ਕੋਈ ਸਕਿੱਟ ਕਰਦੇ ਆ ਅਤੇ ਜੋ ਲਿਖਦੇ ਆ ਉਹ 'ਚ ਕਿੰਨਾ ਤੁਹਾਡਾ ਕੰਟਰੀਬਿਊਸ਼ਨ, ਤਿੰਨੀ ਕੰਟਰੀਬਿਊਸ਼ਨ ਹੁੰਦੀ ਆ, ਜਦੋਂ ਭੱਲਾ ਜੀ ਤੁਸੀਂ ਫਿਰ ਉੱਥੋਂ ਪੇਮੈਂਟ ਮਿਲਦੀ ਆ, ਹਾਂਜੀ ਉਹ ਪੇਮੈਂਟ ਫਿਰ ਤੁਸੀਂ ਕਿਵੇਂ ਵੰਡਦੇ ਆ? ਅਤੇ ਭੱਲਾ ਜੀ ਕਹਿੰਦੇ ਸੁਸ਼ਮਾ ਜੀ ਸਾਨੂੰ ਲੜਾਉਣ ਲੱਗੇ ਕਿ ਸਰ ਇੰਟਰਵਿਊ ਲੈਣ ਲੱਗੇ, ਸੋ ਮੈਂ ਵੀ ਤੁਹਾਨੂੰ ਕਹੂੰਗਾ ਵੀ ਕਦੀ ਸਵਾਲ ਨਹੀਂ ਪੁੱਛੀਦਾ ਮੰਡੀ ਦਾ, ਇਹ ਸਵਾਲ ਇੰਟਰਵਿਊ ਕਦੇ ਨਹੀਂ ਪੁੱਛੀਦਾ, ਬਟ ਐਨੀ ਹੋ ਪਰ ਮੈਂ ਜਵਾਬ ਦਿੱਤਾ ਹਾਂਜੀ ਸੁਸ਼ਮਾ ਜੀ ਤੁਸੀਂ ਜਾਣਨਾ ਇਹ ਚਾਹੁੰਦੇ ਆ ਕਿ ਤੁਸੀਂ ਜੋ ਦੋਨੋਂ ਰਲ ਕੇ ਕਰਦੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ 77 ਦੇ ਇਕੱਠੇ ਆ, 77 ਜੇ ਆਪਾਂ ਲਾ ਲਈਏ ਹੁਣ ਤਾਂ 42-43 ਸਾਲ ਹੋਏ, ਤੇ ਮੈਂ ਸੁਸ਼ਮਾ ਜੀ ਨੂੰ ਕਿਹਾ, ਮੈਂ ਕਿਹਾ ਸੁਸ਼ਮਾ ਜੀ ਸਾਹਿਬ ਇਹੀ ਕਰਦੇ ਹੁੰਦੇ ਸੀ ਕਮੇਡੀ, ਤੇ ਉਹ ਤਵੇ ਜਿਹੜੇ ਉਹ ਬੰਦ ਹੋ ਗਏ, ਫਿਰ ਇੱਕ ਵਾਇਡ ਆ ਗਿਆ, ਖਲਾ ਆ ਗਿਆ, ਫਿਰ ਉਹ ਪਹਿਲੀ ਵਾਰੀ ਕਮੇਡੀ ਕੈਸਟ ਜਿਹੜੀ ਆ ਉਸ ਸੁਭਾਗ ਸਾਨੂੰ ਪ੍ਰਾਪਤ ਹੋਇਆ, MVI ਕੰਪਨੀ ਸੀ, ਰਾਣਾ ਜੀ ਦੇ ਸੀਗੇ ਮਾਲਕ, ਅਤੇ ਜੱਸੋਵਾਲ ਸਾਹਿਬ ਨੇ ਇਤਸ਼ਾਹਤ ਕੀਤਾ 20 ਅਕਤੂਬਰ 1988 ਨੂੰ ਪਹਿਲੇ ਮੋਹਨ ਸਿੰਘ ਮੇਲੇ ਦੇ ਨਾ ਉਹ ਕੈਸਟ ਰਿਲੀਜ਼ ਕੀਤੀ, ਅਤੇ ਪਹਿਲੀ ਕੈਸਟ ਰਿਲੀਜ਼ ਹੋਈ ਅਤੇ ਸਾਰੀ ਕੈਸਟ 4,000 ਦਾ 4,000 ਰੁਪਏ ਇਸ ਮੌਕੇ 'ਤੇ ਵਿਕ ਗਿਆ, ਅਤੇ ਉਹ ਬੰਦਾ ਜਿਹੜਾ ਕੈਸਟ ਕੰਪਨੀ ਦਾ ਮਾਲਕ ਸਾਡੇ ਘਰੇ ਪੈਸੇ ਲੈ ਕੇ ਆਇਆ, ਕਹਿੰਦਾ ਲਓ ਚੈੱਕ ਜੀ, ਅਸੀਂ ਕਿਹਾ ਪੈਸੇ ਮਿਲਣਗੇ, ਕਹਿੰਦਾ ਵੀ ਮੈਂ ਕਮਾਏ ਆ, ਅਤੇ ਸਾਨੂੰ ਤਾਂ ਇੰਨਾ ਵੀ ਨਹੀਂ ਪਤਾ ਸੀ, ਰਿਕਾਰਡਿੰਗ ਕਰਾਉਣ ਲੱਗ ਗਿਆ ਅਤੇ ਰਿਕਾਰਡਿੰਗ ਵੇਲੇ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਕੈਸਟ 'ਚ ਖੜ ਕੇ ਬੋਲੀਦਾ, ਅਸੀਂ ਤਾਂ ਉੱਥੇ ਸਟੂਡੀਓ 'ਚ ਜਾ ਕੇ ਨਾ ਐਂ ਘੁੰਮਦੇ ਘੁੰਮਦੇ ਨਾਲੇ ਚਮਾਟਾ ਮਾਰ ਕੇ, ਬਿਲਕੁਲ ਉਹ ਕਹਿੰਦਾ ਭਾਈ ਇੱਥੇ ਮਾਈਕ 'ਚ ਖੜ ਜਾਓ ਰਿਕਾਰਡਿੰਗ ਆ, ਹਾਂਜੀ ਵੀ ਸਾਡੀ ਸਟੇਜ ਸ਼ੋਈ ਬਾਈ ਇੱਧਰ ਇੱਧਰ ਕਰੋ, ਸੋ ਇੱਦਾਂ ਮਤਲਬ ਸ਼ੁਰੂਆਤ ਹੋਈ, ਪਰ ਪਰਮਾਤਮਾ ਨੇ ਇੰਨਾ ਕੁ ਕਿਰਪਾ ਕੀਤੀ ਕਿ 88 ਸ਼ੁਰੂ ਹੋਇਆ ਸਫ਼ਰ, 2009 ਤੱਕ ਆ ਕੇ 27 ਸੰਕਾਟੇ ਬਣ ਗਏ, ਬਿਲਕੁਲ ਜੀ, ਅਤੇ
ਬੜਾ ਵਧੀਆ ਸਫ਼ਰ ਹੈ ਜੀ। ਅਤੇ ਉੱਥੇ ਮੈਂ ਗੱਲ ਕਰੀ ਜਿਵੇਂ ਤੁਸੀਂ ਸਟੇਜ 'ਤੇ, ਤੁਹਾਡਾ ਇੱਕ ਵੱਖਰਾ ਅੰਦਾਜ਼ ਸੀਗਾ ਕਿ ਤਾਲੀ ਮਾਰ ਕੇ ਆਪਣੀ ਜਗ੍ਹਾ ਸਵਿੱਚ ਕਰਨੀ, ਅਤੇ ਮੈਂ ਕਹਿੰਦਾ ਕਿ ਇੰਨੇ ਸਟੇਜ 'ਤੇ ਲਾਏ ਨੇ ਅਤੇ ਸਿਹਤ ਦਾ ਰਾਜ ਵੀ, ਮੈਂ ਕਹਿੰਦਾ ਉਹੀ ਆ ਵੀ ਇੱਧਰ ਉੱਧਰ ਤੁਰਨਾ ਫਿਰਨਾ ਲੱਗਾ ਰਹਿੰਦਾ ਸੀ। ਦੇਖੋ ਗੈਰੀ ਜੀ, ਇਹ ਤਾਂ ਤੁਹਾਡੀ ਗੱਲ ਠੀਕ ਆ ਕਿ ਆਪਾਂ ਜਦੋਂ ਕੋਈ ਵੀ ਕਮੇਡੀ ਕਰਦੇ ਹਾਂ ਤਾਂ ਪਹਿਲਾਂ ਤੁਹਾਡੀ ਮਾਨਸਿਕ ਸਿਹਤ ਆਪਣੀ ਠੀਕ ਹੋਵੇ, ਫਿਜ਼ੀਕਲ ਸਿਹਤ ਠੀਕ ਹੋਵੇ। ਬਿਲਕੁਲ। ਅਤੇ ਪਰ ਇਹ ਅਸੀਂ ਜੇ ਕਹੀਏ ਉਮਰ ਦੇ ਨਾਲ ਸਾਨੂੰ ਦਿੱਕਤਾਂ ਨਹੀਂ ਆਉਂਦੀਆਂ, ਮੈਂ ਤੁਹਾਨੂੰ ਸਿਹਤ ਦੀ ਗੱਲ ਤੁਰੀ ਹੈ ਅਤੇ ਮੈਂ ਗੱਲ ਸੁਣਾਈ ਦਿੰਦਾ ਕਿ ਆਹ ਦਸੰਬਰ 16-17 ਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਮੈਨੂੰ ਕੋਈ ਸਿਹਤ ਦਿੱਕਤ ਆਈ ਅਤੇ ਮੈਂ ਇੱਥੇ ਹੋਸਪਿਟਲ ਐਡਮਿਟ ਹੋਇਆ। ਹੋਸਪਿਟਲ ਵਾਲਿਆਂ ਨੇ ਕਿਹਾ ਵੀ ਸ਼ਾਇਦ ਤੁਹਾਨੂੰ ਸਟੰਟ ਪਵਾਉਣਾ ਪਵੇ ਜਾਂ ਬਾਈਪਾਸ ਕਰਾਉਣਾ ਪਵੇ, ਅਤੇ ਬੱਚੇ ਕਹਿਣ ਲੱਗੇ, ਵਾਈਫ ਕਹਿਣ ਲੱਗੇ ਆਪਾਂ ਬੰਬੇ ਚੱਲਦੇ ਹਾਂ। ਬੰਬੇ ਵਿੱਚ ਬਹੁਤ ਮਸ਼ਹੂਰ ਇੰਸਟੀਚਿਊਟ ਹਾਰਟ ਦੀ, ਏਸ਼ੀਅਨ ਹਾਰਟ ਇੰਸਟੀਚਿਊਟ, ਉਹਦੇ ਡਾਕਟਰ ਜੋ ਮਾਲਕ ਨੇ, ਇੰਚਾਰਜ ਨੇ ਡਾਕਟਰ ਅਮਾਕਾਤ ਪਾਂਡਾ, ਉਹ ਵਰਲਡ ਅਥਾਰਟੀ ਹਾਰਟ ਦੇ ਉੱਪਰ। ਉਹਨਾਂ ਨੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਦੀਆਂ 2 ਸਰਜਰੀਆਂ ਕੀਤੀਆਂ ਹੋਈਆਂ ਅਤੇ ਉਹ ਮੇਰੇ ਵਾਕਫ ਸੀ, ਮਤਲਬ ਉਹਨਾਂ ਨੇ 2011 'ਚ ਮੇਰੀ ਬਾਈਪਾਸ ਕੀਤੀ ਸੀ। ਅਸੀਂ ਸੋਚਿਆ ਵੀ ਆਪਾਂ ਉਹਨਾਂ ਦੀ ਸਲਾਹ ਲਈਏ, ਅਸੀਂ ਜੀ ਫਲਾਈਟ ਲਈ ਬੰਬੇ ਚਲੇ ਗਏ। ਡਾਕਟਰ ਪਾਂਡਾ ਨੇ ਮੈਨੂੰ 2 ਦਿਨ ਚੰਗੀ ਤਰ੍ਹਾਂ ਚੈੱਕਅਪ ਕਰਕੇ, ਅਤੇ ਮੇਰੇ ਵਾਸਤੇ ਖੁਸ਼ਖਬਰੀ ਸੀ, ਉਹਨਾਂ ਨੇ ਕਹਿਤਾ ਵੀ ਤੁਸੀਂ ਬਿਲਕੁਲ ਠੀਕ ਹੋ, ਤੁਹਾਨੂੰ ਜਿਹੜਾ ਨਾ ਬਾਈਪਾਸ ਜਾਂ ਸਟੰਟ ਦੀ ਲੋੜ ਨਹੀਂ, ਸਿਰਫ ਮੈਡੀਕਲ ਮੈਨੇਜਮੈਂਟ 'ਚ ਨਾ ਤੁਹਾਡੇ ਸਾਰਿਆਂ ਨਾਲ, ਤੁਸੀਂ ਦਵਾਈ ਖਾਓ। ਸਾਡੇ ਵਿੱਚ ਖੁਸ਼ਖਬਰੀ ਆ ਗਈ ਅਤੇ ਉੱਥੇ ਇੱਕ ਦੋਸਤ ਸਾਡਾ ਪੁਰਾਣਾ ਕੁਝ ਬੰਬੇ 'ਚ, ਰਜੇਸ਼ ਸ਼ਰਮਾ ਜੀ, ਜਿਹੜੇ ਕਾਲਾ ਡੋਰੀਆ ਇੱਥੇ ਪ੍ਰੋਗਰਾਮ, ਹੋਰ ਪ੍ਰੋਗਰਾਮ ਪੇਸ਼ ਕਰਦੇ ਸੀ ਬਹੁਤ ਵੱਡੇ, ਉਹ ਅੱਜ ਕੱਲ੍ਹ ਬੰਬੇ ਸੈੱਟ ਹੋ ਗਏ ਆ, ਬੱਚੇ ਉਹਨਾਂ ਦੇ ਚੈਨਲ ਚਲਾ ਰਹੇ ਆ, ਬੜੇ ਅੱਛੇ ਸੈੱਟ ਹੋ ਚੁੱਕੇ ਆ। ਉਹ ਮੈਨੂੰ ਉੱਥੇ ਬੇਟੀ ਦੇ ਘਰ ਮੈਨੂੰ ਮਿਲਣ ਆ ਗਏ ਅਤੇ ਉਹ ਕਹਿੰਦੇ ਸ਼ਰਮਾ ਜੀ ਹੁਣ ਤੁਸੀਂ ਬਿਲਕੁਲ ਬਰੀ ਹੋ ਗਏ ਆ ਮੈਡੀਕਲੀ, ਹੁਣ ਆਪਾਂ ਸਕਿੱਟ ਰਿਕਾਰਡ ਕਰੀਏ। ਵੀ ਦੂਰਦਰਸ਼ਨ ਜਲੰਧਰ ਨੇ ਕਿਹਾ ਵਾ ਕਿ ਇਹ ਸਾਡੇ ਨਵੇਂ ਸਾਲ ਦੇ 31 ਦਸੰਬਰ ਦੇ ਪ੍ਰੋਗਰਾਮ 'ਚ ਨਾ ਸਕਿੱਟ ਭੱਲਾ ਜੀ ਦੇ ਆਪਣਾ ਸ਼ਰਮਾ ਜੀ ਅਤੇ ਰਜੇਸ਼ ਸ਼ਰਮਾ ਪੇਸ਼ ਕਰਨ। ਅੱਛਾ ਜੀ। ਅਸੀਂ 2 ਮਿੰਟ ਸਕਿੱਟ ਰਾਤ ਨੂੰ ਦੇਖੀ, ਸਵੇਰੇ ਸ਼ੂਟ ਕੀਤੀ ਅਤੇ ਮੇਲ ਕਰਤੀ ਉਹਨਾਂ ਨੂੰ ਐਡਿਟ ਕਰਕੇ, ਅਤੇ ਉਹਨਾਂ ਨੇ ਉਹ ਸਕਿੱਟ ਨਵੇਂ ਸਾਲ ਚਲਾ ਦਿੱਤੀ, ਮੈਂ ਅਤੇ ਰਜੇਸ਼ ਸ਼ਰਮਾ ਜੀ ਦੀ। ਅਤੇ ਮੈਂ ਭੱਲਾ ਜੀ ਨੂੰ ਫੋਨ ਕੀਤਾ, ਮੈਂ ਕਿਹਾ ਭੱਲਾ ਜੀ ਵੀ ਮੈਂ ਇੱਦਾਂ ਬੰਬੇ ਆਇਆ ਤਾਂ ਇਸ ਕੰਮ ਸੀਗਾ, ਪਰ ਇੱਥੇ ਕੰਮ ਆਹ ਬਣ ਗਿਆ ਅਤੇ ਇਸ ਕਰਕੇ ਸਕਿੱਟ ਮੈਂ ਮੇਲ ਕਰਤੀ ਹੈਗੀ ਆ। ਜੀ ਜੀ ਜੀ। ਅਤੇ ਜਿਹੜਾ ਉਹਨਾਂ ਨੇ ਵਿਅੰਗ ਮਾਰਿਆ ਨਾ ਜੀ ਇਸ ਗੱਲ 'ਤੇ, ਸਾਡੇ ਗਰੁੱਪ ਬਣੇ ਆ ਵਟਸਐਪ 'ਤੇ, ਉਹਨਾਂ ਨੇ ਵਿਅੰਗ ਕੀ ਲਿਖਿਆ ਭੱਲਾ ਜੀ ਨੇ, ਕਹਿੰਦੇ ਪਹਿਲੀ ਵਾਰੀ ਦੇਖਿਆ ਸੁਣਿਆ ਬੰਦਾ ਬੰਬੇ 'ਚ ਸਟੰਟ ਪਾਉਣ ਗਿਆ, ਸਕਿੱਟ ਪਵਾ ਕੇ ਆ ਗਿਆ, ਸਕਿੱਟ ਪਾਤੀ ਨਵੇਂ ਸਾਲ 'ਤੇ। ਸੋ ਇਹ ਵਿਅੰਗ ਭੱਲਾ ਸਾਹਿਬ ਨੂੰ ਹੀ ਹੈ ਨਸੀਬ ਆ, ਕਿ ਉਹ ਮਤਲਬ ਜਿਹੜੀ ਗੱਲ ਘੱਟਦੇ ਨਾ ਉਹਦਾ ਕੋਈ ਮੁਕਾਬਲਾ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਸੋ ਮੈਨੂੰ ਲੱਗਦਾ ਜੀ ਇੱਥੇ ਵੇਲਾ ਹੋ ਗਿਆ ਕਿ ਨਿੱਕੇ ਜਿਹੇ ਬ੍ਰੇਕ ਦਾ, ਅਤੇ ਗੱਲਾਂ ਹੋਰ ਵੀ ਬਹੁਤ ਕਰਾਂਗੇ, ਅਤੇ BM ਸਰ ਵੀ ਇੱਥੇ ਨੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸ਼ੋਅ ਚੱਲ ਰਿਹਾ ਸੈਲੀਬ੍ਰਿਟੀ ਫਾਈਲ 'ਤੇ। ਅੱਜ ਮੇਰੇ ਨਾਲ ਮੌਜੂਦ ਸੀਗੇ ਜੀ ਪੰਜਾਬ ਦੇ ਫੇਮਸ ਕਮੇਡੀਅਨ BM ਸ਼ਰਮਾ ਸਰ, ਕੀ ਹਾਲ ਚਾਲ ਨੇ? ਦੁਬਾਰਾ ਸਵਾਗਤ ਹੈ। ਬਹੁਤ ਧੰਨਵਾਦ ਜੀ, ਤੁਸੀਂ ਬੜਾ ਪਿਆਰ ਨਾਲ ਸਾਨੂੰ ਕੈਨੇਡਾ ਵਸਦੇ ਪੰਜਾਬੀਆਂ ਦੇ, ਦੁਨੀਆਂ 'ਚ ਪੰਜਾਬੀ ਦੇ ਰੂਬਰੂ ਕਰਾ ਰਹੇ ਹੋ। ਜੀ ਜੀ ਜੀ, ਮਿਹਰਬਾਨੀ ਜੀ। ਅਤੇ ਸਰ ਹੁਣ ਮੈਂ ਗੱਲ ਕਰੂੰਗਾ ਛਣਕਾਟਾ ਸੀਰੀਜ਼ ਦੀ, ਤਾਂ ਜਦੋਂ ਸ਼ੁਰੂਆਤ ਹੋਈ ਅਤੇ ਪਹਿਲਾਂ ਇੰਨੀ ਜ਼ਿਆਦਾ ਟੈਕਨੋਲੋਜੀ ਮਤਲਬ ਹੈ ਨਹੀਂ ਸੀ ਅਪਡੇਟ ਇੰਨੀ, ਅਤੇ ਕਿੰਨੀ ਕੁ ਤਕਲੀਫਾਂ ਹੁੰਦੀਆਂ ਸੀਗੀਆਂ? ਕਿਉਂਕਿ ਮੈਂ ਦੇਖਿਆ ਇੱਕੇ ਸੈੱਟ ਹੁੰਦਾ ਸੀ ਅਤੇ ਉੱਥੇ ਹੀ ਮੇਰੇ ਖਿਆਲ ਤੋਂ ਸਟਾਰਟ ਹੋ ਜਾਂਦਾ ਸੀ ਸਾਰਾ ਕੁਝ। ਹਾਂ, ਥੋੜ੍ਹਾ ਫਰਕ ਤਾਂ ਸਮੇਂ ਦੇ ਨਾਲ ਪੈਂਦਾ ਜੀ, ਟੈਕਨੋਲੋਜੀ ਨੇ ਬਹੁਤ ਤਰੱਕੀ ਕਰ ਲਈ ਆ। ਪਰ ਛਣਕਾਟਾ ਦੀ ਸਾਡੀ ਬੇਸਿਕਲੀ ਜਰਨੀ 88 ਸ਼ੁਰੂ ਹੋਈ, ਅਤੇ ਅਸੀਂ 88 ਵਿੱਚ ਫਿਰ 90, 91, 92, 92.5, 93, 93.5 ਇਸ ਤਰ੍ਹਾਂ ਕੈਸਟਾਂ ਆਡੀਓ ਆਉਂਦੀਆਂ ਸੀਗੀਆਂ। ਉਦੋਂ ਵੀਡੀਓ ਦਾ ਰਿਵਾਜ ਹੈ ਨਹੀਂ ਸੀਗਾ, ਬਟ ਫਿਰ ਵੀ 92 ਜਦੋਂ 92.5 ਰਿਕਾਰਡ ਕਰਾਈ ਨਾ ਜੀ, ਤਾਂ ਮੇਰੇ ਯਾਦ ਆ ਵੀ ਗੁਰਦਾਸ ਮਾਨ ਸਾਹਿਬ ਨੇ ਕਿਸੇ ਨਾਲ ਸ਼ੇਅਰ ਕੀਤਾ ਵੀ ਕਿਹੜੇ ਮੁੰਡੇ ਭੱਲਾ ਸ਼ਰਮਾ ਵੀ ਜਿਨ੍ਹਾਂ ਨੇ ਜੋ ਮੈਂ ਜਿਹੜਾ ਮਾਸਟਰ ਜਿੰਨੇ 'ਚ ਵੇਚ ਰਿਹਾ ਵਾਂ ਉਸ ਤੋਂ ਵੀ ਵੱਧ ਅਮਾਊਂਟ ਦੇ ਵਿੱਚ ਜਿਹੜਾ ਇਹਨਾਂ ਨੇ ਮਾਸਟਰ ਵੇਚਿਆ ਵਾ, ਟੀ ਸੀਰੀਜ਼ ਨੇ ਲਿਆ ਵਾ, ਅਤੇ ਇਹ ਮੁੰਡੇ ਬੜਾ ਰਾਈਜ਼ ਕਰ ਰਹੇ ਆ। ਅਤੇ ਅਸੀਂ ਉਦੋਂ ਤੁਹਾਡੇ ਯਾਦ ਹੋਵੇਗਾ ਅਸੀਂ ਇੱਕ ਵੀਡੀਓ ਫਿਲਮ ਬਣਾਈ ਸੀ
ਮਾਸੀ ਨੂੰ ਤਰਸਣਗੇ। ਹਾਂਜੀ, ਜਿਹੜੀ ਆਪਾਂ ਜਿਹੜੀ ਗੱਲ ਅੱਜ ਕਰਦੇ ਹਾਂ ਭਰੂਣ ਹੱਤਿਆ ਦੀ, ਦੋ ਕੁੜੀਆਂ ਜੰਮਦੀਆਂ ਲੋਕ ਕੱਖਾਂ 'ਚ ਮਾਰ ਦਿੰਦੇ ਆ, ਅਸੀਂ ਇਹ 92 'ਚ ਗੱਲ ਕੀਤੀ ਸੀ ਅਤੇ ਉਹ ਵੀਡੀਓ ਫਿਲਮ ਬਣਾਈ ਅਤੇ ਉਹ ਟੀ ਸੀਰੀਜ਼ ਨੇ ਰਿਲੀਜ਼ ਕੀਤੀ। ਉਸ ਤੋਂ ਬਾਅਦ ਅਸੀਂ ਬਣਾਈ ਚਾਚਾ ਸ਼ੇਮ ਸ਼ੇਮ, ਉਹ ਵੀ ਟੀ ਸੀਰੀਜ਼ ਨੇ ਬਣਾਈ ਆਪਣਾ ਵੀਡੀਓ। ਸੋ ਅਸੀਂ ਵੀਡੀਓ ਵਿੱਚ ਐਂਟਰ ਕਰ ਲਿਆ ਸੀਗਾ, ਬਟ ਵੀਡੀਓ ਦੀ ਉਦੋਂ ਮਾਰਕੀਟ ਇੰਨੀ ਜ਼ਿਆਦਾ ਨਹੀਂ ਸੀ, ਪਰ 2000 ਤੋਂ ਬਾਅਦ 2001 ਤੋਂ ਬਾਅਦ ਇੰਨੀ ਕੁ ਤੇਜ਼ੀ ਨਾਲ ਮਾਰਕੀਟ ਫੜੀ ਵੀ ਸੀਡੀਆਂ ਆਉਣ ਲੱਗੀਆਂ, ਡੀਵੀਡੀਆਂ ਆਉਣ ਲੱਗੀਆਂ, ਫਿਰ ਤਾਂ ਮੈਂ ਕਹਿੰਦਾ ਜੀ ਅੰਮ੍ਰਿਤਸਰ ਦਾ ਪਾਣੀ ਜੜਤੇ ਕੋਕੇ ਕਰਤਾ ਕੂੰਡਾ ਕੱਢਤੀਆਂ ਕਸਰਾਂ, ਉਹ ਇੱਦਾਂ ਮਤਲਬ ਹਰ ਸਾਲ ਅਸੀਂ ਸਿਲਵਰ ਜੁਬਲੀ ਬਣਾਈ ਸਰਕਾਟੇ ਦੀ। ਸੋ ਅਸੀਂ ਕੁੱਲ ਮਿਲਾ ਕੇ ਫਿਰ 2000 ਤੋਂ ਲੈ ਕੇ 2009 ਤੱਕ ਕੋਈ ਲਗਭਗ 11-12 ਵੀਡੀਓ ਫਿਲਮਾਂ ਦਿੱਤੀਆਂ। ਜੀ ਜੀ ਜੀ। ਅਤੇ ਸਰ ਇਹ ਸੀਰੀਜ਼ ਦੇ ਚੱਲਦੇ ਦੌਰਾਨ ਇੱਕ ਵਾਰ ਕੁਛ ਸਾਹਮਣੇ ਆਇਆ ਸੀ ਕਿ ਤੁਹਾਡੇ ਕੁਛ ਗੱਲਾਂ ਕਾਰਨ ਪੋਲੀਟੀਸ਼ੀਅਨਸ ਨੂੰ ਬਹੁਤ ਜ਼ਿਆਦਾ ਹਰਟ ਹੋਈ ਹੈ ਗੱਲ 'ਤੇ, ਉਸ ਤੋਂ ਬਾਅਦ ਤੁਸੀਂ ਹੋਰ ਬਣਾਈ ਸੀ ਕਿ ਚਾਚਾ ਸੁਧਰ ਗਿਆ। ਸੁਧਰ ਗਿਆ, ਉਹ 2003 ਦੀ ਗੱਲ ਹੈਗੀ ਆ। ਉਹ ਕੀ ਸੀਗਾ ਮਤਲਬ? ਇਸ ਤਰ੍ਹਾਂ ਸੀ, ਅਸੀਂ ਕੋਈ ਨਾ ਵਿਅੰਗ ਕੀਤਾ ਸੀਗਾ ਜਦੋਂ 2003 ਦੇ ਵਿੱਚ ਪਟਿਆਲਾ 'ਚ ਨਾ ਪੰਜਾਬ ਹੈਰੀਟੇਜ ਦਾ ਮੇਲਾ ਸੀ ਬਹੁਤ ਵੱਡਾ, ਲਾਈਵ ਉਹ ਚੱਲਣਾ ਸੀ ਟੀ ਵੀ 'ਤੇ ਵਰਲਡਵਾਈਡ, ਅਤੇ ਮੈਂ ਅਤੇ ਭੱਲਾ ਜੀ ਤੋਂ ਪਰਫੋਰਮ ਕਰਨ ਗਏ। ਅਸੀਂ ਉਸ ਵੇਲੇ ਦੇ ਸੀਐਮ ਸਾਹਿਬ 'ਤੇ ਕੋਈ ਵਿਅੰਗ ਕੀਤਾ, ਉਹ ਸੀਐਮ ਸਾਹਿਬ ਦੇ 71 ਸੀਗੇ, ਉਹਨਾਂ ਨੇ ਉਸ ਗੱਲ ਨੂੰ ਬੁਰਾ ਮਨਾ ਲਿਆ ਵੀ ਸਾਡੇ ਸੀਐਮ 'ਤੇ ਕਿਤੇ ਵਿਅੰਗ ਕਰਤਾ। ਉਹ ਗੱਲ ਜਦੋਂ ਵੱਧ ਗਈ ਤਾਂ ਉਹ 71 ਸਾਹਿਬ ਨੇ ਮਤਲਬ ਇਸ ਗੱਲ ਇਸ਼ੂ ਬਣਾਇਆ ਜੋਬ ਵਿੱਚ ਕਰਕੇ ਭੱਲਾ ਸਾਹਿਬ ਨੂੰ, ਜਾਂ ਮੈਨੂੰ ਤੁਹਾਨੂੰ ਧਮਕੀ ਮਿਲੀ ਵੀ ਤੁਹਾਨੂੰ ਐਕਸ਼ਨ ਲੈ ਜਾਵਾਂਗੇ। ਐਕਸ਼ਨ ਉਕਸ਼ਨ ਲੈਣ ਦੀ ਗੱਲ ਹੋਈ ਤਾਂ ਅਖਬਾਰ ਵਾਲੇ ਨੇ ਗੱਲ ਚੱਕ ਲਈ, ਅਸੀਂ ਜਦੋਂ ਸੈਕਟਰੀ ਨੂੰ ਮਿਲਣ ਗਏ ਤਾਂ ਅਫਸਰ ਜਿਹੜੇ ਆਪੇ ਤੋਂ ਬਾਹਰ ਹੋ ਗਏ, ਉਹਨਾਂ ਨੇ ਭੱਲਾ ਜੀ ਥੋੜ੍ਹਾ ਮਿਸਬਿਹੇਵ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਖਬਾਰਾਂ ਨੇ ਗੱਲ ਚੱਕ ਲਈ, ਫਿਰ ਉਹਨਾਂ ਨੂੰ ਬੈਕਫੁੱਟ ਦੇਣ ਪਏ। ਸੀਐਮ ਸਾਹਿਬ ਨੇ ਮਿਲ ਕੇ ਸਮਝੌਤਾ ਕਰਾਇਆ, ਸੀਐਮ ਸਾਹਿਬ ਨੇ ਕਿਹਾ ਵੀ ਦੇਖੋ ਮੈਂ ਤਾਂ ਕਮੈਂਟ ਕੀਤਾ ਨਹੀਂ, ਭੱਲਾ ਸਾਹਿਬ ਜਿਹਨੇ ਰਿਮਾਇੰਡ ਕੀਤਾ ਉਹਨਾਂ ਨੂੰ ਬੁਲਾਓ, ਫਿਰ ਜਿਹਨਾਂ ਨੇ ਉਹ ਕਹਿੰਦੇ ਜੀ ਮੈਂ ਸੌਰੀ ਕਰਦਾ ਜੀ, ਕਹਿੰਦੇ ਅਖਬਾਰ ਸੌਰੀ ਜਾਊਗੀ, ਫਿਰ ਆਇਆ ਹੋਮ ਸੈਕਟਰੀ ਤੋਂ ਮਤਲਬ ਜਿਹੜਾ ਉਹ ਅਪੋਲੋਜਾਈਜ਼ ਕਰਦੇ ਆ ਅਕਵਿਡੀਨ ਤੋਂ, ਜਸਪਾਲ ਭੱਟੀ ਜੀ ਉਹਨਾਂ ਨੇ ਉਸ ਵੇਲੇ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਆ ਉਹਨਾਂ ਨੇ ਬਹੁਤ ਵਜਾਹ ਸਾਥ ਦਿੱਤਾ, ਸਾਰਾ ਮੀਡੀਆ ਚਟਾਨੂ ਸਾਡੇ ਨਾਲ ਖੜਿਆ, ਅਤੇ ਸਾਨੂੰ ਲੱਗਾ ਕਿ ਜਿਹੜੀ ਪੰਜਾਬੀ ਕਮੇਡੀ ਹੈਗੀ ਆ ਉਹਦਾ ਲੋਕ ਇੰਨਾ ਸਤਿਕਾਰ ਕਰਦੇ ਆ, ਇਹਨੂੰ ਪਿਆਰ ਕਰਦੇ ਆ। ਉਹਨਾਂ ਨੇ ਕਿਹਾ ਵੀ ਕਮੇਡੀਅਨ ਦੀ ਕਈ ਗੱਲ ਰਾਸ਼ਟਰਪਤੀ ਅਮਰੀਕਾ ਦੇ ਵਿੱਚ ਖੜਾ ਕੇ ਤੁਸੀਂ ਉਹਨੂੰ ਕਮੇਡੀ ਕਰ ਲੈਂਦੇ ਆ ਅਤੇ ਐਡੀ ਕੀ ਗੱਲ ਹੋ ਗਈ। ਅਤੇ ਸੀਐਮ ਸਾਹਿਬ ਨੇ ਗੱਲ ਸਾਨੂੰ ਕਹੀ, ਸੀਐਮ ਸਾਹਿਬ ਕਹਿੰਦੇ ਵੀ ਅਸੀਂ ਤਾਂ ਦੇਖਦੇ ਹਾਂ ਵੀ ਜਿਹੜਾ ਪ੍ਰੈਜ਼ੀਡੈਂਟ ਆਫ ਅਮਰੀਕਾ ਵਾ ਉਹਨੂੰ ਵਿੱਚ ਖੜਾ ਕੇ ਉਹ ਡੋਂਕੀ ਮੌਂਕੀ ਕਹਿੰਦੇ ਆ, ਅਤੇ ਇਸ ਪੋਲੀਟਿਕਸ ਦੇ ਵਿਅੰਗ ਹੁੰਦੇ ਹੁੰਦੇ ਆ। ਸੋ ਸਾਨੂੰ ਇੱਕ ਬਲ ਵੀ ਮਿਲਿਆ, ਫਿਰ ਅਸੀਂ ਉਦੋਂ ਜਿਹੜਾ ਬਾਉਂਸ ਬੈਕ ਕੀਤਾ ਸੀ ਉਹ ਸੀਗਾ ਵੀ ਹੁਣ ਮੈਂ ਸੁਧਰ ਗਿਆ, ਸੁਧਰ ਗਿਆ ਸਰਕਾਰੇ, ਜੇ ਮੈਂ ਸੱਚੀਆਂ ਗੱਲਾਂ ਕਹੀਆਂ ਤਾਂ ਹੀ ਤਾਂ ਮੈਂ ਝਿੜਕਾਂ ਪਈਆਂ ਜੋ ਕੁਝ ਹੋਇਆ ਰਾਜ ਦਰਬਾਰੇ। ਸੋ ਅਸੀਂ ਮਤਲਬ ਕੋਸ਼ਿਸ਼ ਕੀਤੀ ਵੀ ਸੁਧਰ ਗਿਆ ਸਰਕਾਰੇ, ਹੁਣ ਮੈਂ ਸੁਧਰ ਗਿਆ, ਚਾਚਾ ਸੁਧਰ ਗਿਆ। ਜੀ ਜੀ ਜੀ। ਅਤੇ ਹਰ ਇੱਕ ਤੁਹਾਡੀ ਸੀਰੀਜ਼ ਦੇ ਵਿੱਚ ਸਾਨੂੰ ਨਾ ਇੱਕ ਤਕੀਆ ਕਲਾਮ ਮਿਲਣ ਨੂੰ ਜ਼ਰੂਰ ਮਿਲਿਆ, ਅਤੇ ਤੁਹਾਡਾ ਕਿਹੜਾ ਫੇਵਰੇਟ ਹੈ ਅਤੇ ਕਿਹੜਾ ਸਾਨੂੰ ਦਰਸ਼ਕਾਂ ਨੂੰ ਕਰਕੇ ਦਿਖਾਉਣਾ ਚਾਹੋਗੇ ਜੀ? ਦੇਖੋ ਗੱਲ ਇਹ ਆ ਵੀ ਤਕੀਆ ਕਲਾਮ ਤਾਂ ਮੇਰੇ ਖਿਆਲ ਸਨਕਾਟਾ 'ਚ ਤਾਂ ਹੈਗੇ ਸੀਗੇ, ਜਿਹੜੇ ਭੱਲਾ ਸਾਹਿਬ ਨੇ ਤੜਕਾ ਲਾਇਆ ਫਿਲਮਾਂ 'ਚ ਆ ਕੇ। ਹਾਂਜੀ, ਮਤਲਬ ਆ ਹੁਣ ਅਸੀਂ ਤਾਂ ਗੱਲਾਂ ਕਰਦੇ ਕਰਦੇ ਉਹ ਮੇਰੇ ਮੂੰਹ ਨਿਕਲ ਗਿਆ ਸੀਗਾ ਵੀ ਇਹ ਚੰਡੀਗੜ੍ਹ ਢਹਿਜੂ ਅਤੇ ਪਿੰਡਾਂ ਕਰ ਰਹਿਜੂ। ਬਿਲਕੁਲ, ਭੱਲਾ ਸਾਹਿਬ ਕਹਿੰਦੇ ਤਾਂ ਗੱਲ ਹੀ ਬੜੀ ਵਧੀਆ। ਹਾਂਜੀ, ਵੀ ਚੰਡੀਗੜ੍ਹ ਢਹਿਜੂ ਪਿੰਡਾਂ ਕੋ ਫਿਲਮ 'ਚ ਤਕੀਆ ਕਲਾਮ ਬਣਾ ਲਿਆ, ਉਸ ਤੋਂ ਬਾਅਦ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਬਿਲਕੁਲ ਬਿਲਕੁਲ, ਇਹ ਚੀਜ਼ਾਂ ਕਰਦਿਆਂ ਕਰਦਿਆਂ ਕੀ ਹੋਇਆ, ਗੰਦੀ ਇਲਾਜ ਨਮਜਾ ਨਾ ਸਵਾਦ। ਜੀ ਜੀ, ਇਹ ਭੱਲਾ ਜੀ ਨੇ ਗੱਲਾਂ ਜਿਹੜੀਆਂ ਮਤਲਬ ਮੇਰੇ ਯਾਦ ਆ, ਅਸੀਂ ਅਹਿਮਦਗੜ੍ਹ ਮੰਡੀ ਭੱਲਾ ਜੀ ਦੇ ਨਾਨਕੇ ਆ, ਹਾਂਜੀ, ਅਤੇ ਉੱਥੇ ਅਸੀਂ ਗਏ ਅਤੇ ਇਹਨਾਂ ਦੇ ਮਾਮਾ ਜੀ ਬੜੀ ਗੱਲ ਮਾਰਦੇ ਸੀ, ਸਰ ਦਲੀਪ ਸਿੰਘ ਜੀ ਹੁਣ ਰਹਿ ਰਹੇ ਦੁਨੀਆਂ 'ਚ। ਹਾਂਜੀ, ਉਹਨਾਂ ਨੇ ਕਿਤੇ ਡਾਇਲੋਗ ਵਰਤਿਆ ਵੀ ਯਾਰ ਜੁੱਤੀ ਤੰਗ ਅਤੇ ਜਵਾਈ ਨੰਗ ਮੱਤ ਮਾਰ ਲੈਂਦੇ। ਬਿਲਕੁਲ, ਉਹ ਭੱਲਾ ਸਾਹਿਬ ਨੇ ਫਿਲਮ ਜਿਹੜੀ ਮੇਰੇ ਖਿਆਲ ਜਸਪਾਲ ਭੱਟੀ ਨੇ ਬਣਾਈ ਸੀ, ਹਾਂਜੀ ਹਾਂਜੀ, ਉਹ ਫਿਲਮ ਦੇ ਵਿੱਚ ਇਹ ਤੱਕੇ ਕਲਾਂ ਵਰਤਿਆ, ਹਾਂਜੀ, ਜੁੱਤੀ ਤੰਗ ਅਤੇ ਜਮਾਈ ਨੰਗ ਮੱਤ ਮਾਰ ਲੈਂਦੇ। ਬਿਲਕੁਲ, ਸੋ ਮਤਲਬ ਕਹਿੰਦਾ ਭਾਅ ਜਿਹੜੀ ਗੱਲਾਂ ਰੋਜ਼ਮਰਾ 'ਚ ਵਾਂ, ਪਰ ਜਦੋਂ ਤੁਸੀਂ ਇਹਨੂੰ ਵਰਤਦੇ ਆ ਤੇ ਉਹ ਤੁਹਾਡੀ ਭੱਲਾ ਸਾਹਿਬ ਦੀ ਪਹਿਚਾਣ ਫਿਲਮ ਇੰਡਸਟਰੀ 'ਚ ਸਿਗਨੇਚਰ ਲਾਈਨ ਜਾਂ ਤੱਕੇ ਕਲਾਮ। ਜੀ ਜੀ। ਅਤੇ ਸਰ ਕਦੇ ਇੱਦਾਂ ਦਾ ਕੋਈ ਫੈਨ ਮੂਮੈਂਟ ਜਿਹੜਾ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹੂਗਾ? ਫੈਨ ਇੱਦਾਂ ਸੀ, ਅਸੀਂ ਇੰਗਲੈਂਡ ਗਏ, ਹਾਂਜੀ, ਅਤੇ ਸਾਡੇ ਉੱਥੇ ਫੈਨ ਨੇ ਉਹ ਸਾਡੇ ਫਰੈਂਡ ਵੀ ਬਣ ਗਏ, ਹੁਣ ਬਹੁਤ ਫੈਨ ਤਾਂ ਸੀਗੇ 20 ਸਾਲ ਪਹਿਲਾਂ, ਹੁਣ ਬਹੁਤ ਵਧੀਆ ਫਰੈਂਡ ਬਣ ਗਏ। ਉਹ ਹੁਣ ਮੇਰੇ ਲਾਗੇ ਪਿੰਡਾਂ ਦਾ, ਅਤੇ ਉਹ ਕਹਿੰਦਾ ਵੀ ਭਾਅ ਜੀ ਸੱਚੀ ਗੱਲ ਦੱਸਾਂ ਵੀ ਤੁਸੀਂ ਮਾਇੰਡ ਤਾਂ ਨਹੀਂ ਕਰੋਗੇ? ਹਾਂਜੀ। ਮੈਂ ਕਿਹਾ ਕਿਉਂ?
ਕਹਿੰਦਾ ਹੈ ਤੁਹਾਡੇ ਦੋਸਤ ਆ ਭੱਲਾ ਸਾਹਿਬ, ਪਰ ਉਹ ਬਖਸ਼ ਦੇ ਤੁਹਾਨੂੰ ਵੀ ਨਹੀਂ। ਮੈਂ ਕੀ ਗੱਲ ਹੋਈ? ਕਹਿੰਦਾ ਵੀ ਤੁਹਾਡਾ ਨਾਮ ਹੈ ਬਾਲਮਕੰਦ ਸ਼ਰਮਾ। ਮੈਂ ਕਿਹਾ ਹਾਂਜੀ। ਕਹਿੰਦਾ ਵੀ ਪੰਜਾਬ ਦੇ ਇੱਕ ਫਿਰੋਜ਼ਪੁਰ ਤੋਂ ਮੰਤਰੀ ਸੀ ਕਾਂਗਰਸ ਦੇ, ਉਹਨਾਂ ਦਾ ਨਾਮ ਵੀ ਸੀ ਬਾਲਮਕੰਦ ਸ਼ਰਮਾ। ਕਹਿੰਦਾ ਉਹ ਡੈਥ ਹੋ ਗਈ ਉਹਨਾਂ ਦੀ ਅਤੇ ਅਖਬਾਰ 'ਚ ਖਬਰ ਆ ਗਈ। ਹੁਣ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਵੀ ਬਾਲਮਕੰਦ ਸ਼ਰਮਾ ਦੀ ਡੈਥ ਹੋ ਗਈ। ਕਹਿੰਦਾ ਮੈਂ ਭਾਜੀ ਘਬਰਾ ਗਿਆ ਵੀ ਭੱਲਾ ਸਾਹਿਬ ਨੂੰ ਫੋਨ, ਡਰਦੇ ਹੁਣ ਫਰੈਂਡ ਤਾਂ ਬਣ ਗਿਆ ਸੀ, ਡਰਦੇ ਜੇ ਫੋਨ ਲਾਇਆ ਵੀ ਭੱਲਾ ਸਾਹਿਬ ਭਾਜੀ ਉਹ ਖਬਰ ਜੀ ਸੁਣੀ ਆ ਭਾਜੀ, ਉਹ ਖਬਰ ਸਹੀ ਆ ਬਾਲਮਕੰਦ ਪੂਰਾ ਹੋ ਗਿਆ? ਕਹਿੰਦੇ ਉਹ ਤਾਂ ਅੱਧਾ ਵੀ ਨਹੀਂ ਹੋਇਆ ਜੀ। ਮੈਂ ਕਿਹਾ ਭੱਲਾ ਸਾਹਿਬ ਆਈ ਸਲੂਟ ਯੂ ਕਿ ਮੇਰੇ ਹਾਈਟ ਤੇ ਤੁਸੀਂ ਵਿਅੰਗ ਕੀਤਾ, ਕਿਉਂਕਿ ਗੱਲ ਇਹ ਵੀ ਦੋਸਤ ਆ ਸੀ। ਅਸੀਂ ਕਦੇ ਵਿਅੰਗ ਨਹੀਂ ਕਰਾਂਗੇ, ਕੌਣ ਕਰੂਗਾ? ਤੇ ਚੁੰਡੀ ਵੱਢਣੀ ਪੈਂਦੀ ਆ ਤਾਂ ਇਹ ਲੋਕੀ ਇੰਜੋਏ ਕਰਦੇ ਆ। ਸੋ ਮੇਰੇ ਤੇ ਵਿਅੰਗ ਕੀਤਾ ਤੇ ਇਹ ਤੋਂ ਵਧੀਆ ਮੇਰੇ ਫੈਨ ਨੇ ਕੀ ਗੱਲ ਸੁਣਾਉਂਦੇ ਸੀ। ਤੇ ਕਈ ਵਾਰ ਕਿੱਦਾਂ ਹੁੰਦਾ ਕਿ ਬੰਦਾ ਨਾ ਜਿਵੇਂ ਤੁਹਾਨੂੰ ਸਕਰੀਨ ਤੇ ਦੇਖਦਾ ਕਿ ਕਮੇਡੀਅਨ ਹੈ, ਤੇ ਆਮ ਜ਼ਿੰਦਗੀ 'ਚ ਜਿਵੇਂ ਤੁਸੀਂ ਗੱਲਬਾਤ ਕਰਦੇ ਤਾਂ ਬੰਦਾ ਸੋਚਦਾ ਯਾਰ ਅੱਗੋਂ ਨਾ ਚੁਟਕਲਾ ਹੀ ਆਊਗਾ ਕੋਈ, ਤੇ ਕਦੇ ਹੋਇਆ ਐਵੇਂ ਕਿ ਬੰਦਾ ਨੋਰਮਲੀ ਗੱਲ ਕਰੇ ਤੇ ਤੁਸੀਂ ਉਹਨੂੰ ਕਿਹਾ ਵੀ ਹਾਂ ਯਾਰ ਇੱਦਾਂ ਹੋਇਆ ਤੇ ਮੁੜ ਕੇ ਅਗਲੇ ਨੇ ਕਿਹਾ ਬਸ ਭਾਜੀ ਵੀ ਇਹਨੇ ਵੀ ਅੱਗੇ ਚੁਟਕਲਾ ਤਾਂ ਆਇਆ ਨੀਗਾ ਕੁਛ? ਹਾਂ ਇਹ ਕਿਉਂਕਿ ਤੁਹਾਡੀ ਗੱਲ ਠੀਕ ਆ ਕਿ ਜਿਹੜਾ ਸਾਡਾ ਵਿਚਰਦਾ ਬੰਦਾ ਨਾ ਉਹ ਸੁਭਾਵਕ ਤੌਰ 'ਤੇ ਐਕਸਪੈਕਟ ਕਰਦਾ ਕਿ ਇਹਨਾਂ ਦੀ ਗੱਲ 'ਚ ਵਿਅੰਗ ਹੋਊਗਾ। ਬਿਲਕੁਲ। ਪਰ ਇਹ ਦਿੱਕਤ ਸਾਨੂੰ ਕਦੋਂ ਆਉਂਦੀ ਹੈ? ਜਦੋਂ ਮੈਂ ਹੁਣ ਮਤਲਬ 87-88 ਵਿੱਚ ਮੈਂ ਮਾਕਫੜ ਜੁਆਇਨ ਕਰ ਲਈ ਅਤੇ ਡਿਸਟ੍ਰਿਕਟ ਮੈਨੇਜਰ ਦੀ ਮੈਨੂੰ 89 'ਚ ਪੋਸਟਿੰਗ ਮਿਲ ਗਈ, ਡੀਐਮ ਰੋਪੜ ਲੱਗਾ, ਫਿਰ ਮੈਂ ਡੀਐਮ ਜਲੰਧਰ ਰਿਹਾ, ਡੀਐਮ ਲੁਧਿਆਣਾ ਲੱਗਾ ਅਤੇ ਫਿਰ ਉਸ ਤੋਂ ਬਾਅਦ ਡਿਪਟੀ ਚੀਫ ਮੈਨੇਜਰ ਬਣਿਆ, ਫਿਰ ਮੈਂ ਚੀਫ ਮੈਨੇਜਰ ਬਣ ਗਿਆ 6 ਵਿੱਚ, 2011 'ਚ ਐਗਜੈਕਟਿਵ ਡਾਇਰੈਕਟਰ ਬਣ ਗਿਆ, 2017 ਵਿੱਚ ਅਡੀਸ਼ਨਲ ਐਮ ਡੀ ਬਣ ਗਿਆ। ਉਦੋਂ ਕੀ ਦਿੱਕਤ ਆਉਂਦੀ ਵੀ ਤੁਹਾਨੂੰ ਜਦੋਂ ਐਜ਼ ਅਫਸਰ ਬਿਹੇਵ ਕਰਨਾ ਪੈਂਦਾ ਜਾਂ ਐਜ਼ ਕਲਾਕਾਰ ਬਿਹੇਵ ਕਰਨਾ, ਉਹਦਾ ਡਿਫਰੈਂਸ਼ੀਏਟ ਕਰਨਾ ਬਿਕਮਸ ਏ ਚੈਲੰਜ। ਅਤੇ ਜੱਗੀ ਕਹਿੰਦਾ ਵੀ ਬਾਲਮਕੰਦ ਭਾਅ ਜੀ ਤੁਸੀਂ ਲੋਹੀਆਂ ਦੇ, ਮੈਂ ਸ਼ਾਹਕੋਟ ਦਾ, ਤੁਸੀਂ ਮੇਰੇ ਸੀਨੀਅਰ ਆ, ਆਪਾਂ ਦੋਵਾਂ ਭਰਾਵਾਂ ਨੇ ਰਲ ਕੇ ਇੱਕ ਐਸੀ ਟੇਪ ਬਣਾਉਣੀ ਆ, ਉਹ ਕੈਸਟ ਬਹਿ ਜਾ ਸਾਰੇ ਵਰਲਡ 'ਚ ਹੋ ਜਾਣੀ ਆ, ਹਿੱਟ ਸੁਪਰ ਡੁਪਰ ਹਿੱਟ ਹੋਣੀ ਕੈਸਟ। ਮੈਂ ਕਿਹਾ ਜੱਗੀ ਵੀਰੇ ਕਿੱਦਾਂ? ਕਹਿੰਦਾ ਭਾਅ ਜੀ ਚਿੰਤਾ ਨਾ ਕਰੋ, ਬਸ ਮੇਰਾ ਦਿਮਾਗ, ਤੁਹਾਡਾ ਪੈਸਾ, ਕੈਸਟ ਹਿੱਟ ਹੋਣੀ। ਮੈਂ ਕਿਹਾ ਜੱਗੀ ਵੀਰੇ ਕੈਸਟ ਹਿੱਟ ਤਾਂ ਬਾਅਦ 'ਚ ਹੋਊ, ਕੈਸਟ ਬਣਨੀ ਨਹੀਂ। ਕਹਿੰਦਾ ਕਿਉਂ? ਮੈਂ ਕਿਹਾ ਭਰਾਵਾ ਗੱਲ ਆ ਵੀ ਮੇਰੇ ਤੇਰੇ ਕੋਲ ਦਿਮਾਗ ਹੈ, ਮੇਰੇ ਕੋਲ ਪੈਸਾ ਹੈ ਨਹੀਂ। ਜੱਗੀ ਕਹਿੰਦਾ ਭਾਅ ਜੀ ਤੁਸੀਂ ਮੇਰੇ 'ਤੇ ਤਵਾ ਲਾਤਾ। ਮੈਂ ਕਿਹਾ ਕਮੇਡੀ ਕਹਿੰਦੀ ਜੀ ਭੱਲਾ ਜੀ ਮੇਰੇ 'ਤੇ ਲਾਉਂਦੇ, ਮੈਂ ਤੇਰੇ 'ਤੇ ਲਾਤਾ। ਜੀ 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 ਅਤੇ ਉੱਥੇ ਮੈਂ ਗੱਲ ਕਰੂੰਗਾ ਸਰ ਛਣਕਾਟਾ ਦੀ, ਤਾਂ ਜਿਵੇਂ ਤੁਸੀਂ ਸਾਰਾ ਕੁਛ ਆਪ ਲਿਖਦੇ ਸੀਗੇ ਤਾਂ ਕਿੰਨਾ ਕੁ ਟਾਈਮ ਲੱਗਦਾ ਸੀਗਾ ਇੱਕ ਕੈਸਟ ਨੂੰ ਬਣਾਉਣ ਦੇ ਵਿੱਚ ਅਤੇ ਕਿੰਨਾ ਸਮਾਂ ਲੱਗਦਾ ਸੀ ਲਿਖਣ ਨੂੰ ਉਹਦੇ 'ਚ? ਲਗਭਗ 6-8 ਮਹੀਨੇ ਮੰਨ ਲਓ, ਕਿਉਂਕਿ ਭੱਲਾ ਜੀ ਦੀ ਬਹੁਤ ਮਤਲਬ ਕੰਟਰੀਬਿਊਸ਼ਨ ਰਹੀ ਸੀ, ਕਿਉਂਕਿ ਸਾਡੇ ਟੀਮ ਤਾਂ ਹੈਗੀ ਸੀ ਸਾਡੀ ਪੂਰੀ ਮਤਲਬ ਛਣਕਾਟੇ ਵਿੱਚ, ਰਿਸ਼ਪਾਲ ਪਾਲੀ, ਡਾਕਟਰ ਕੇਵਲ ਅਰੋੜਾ, ਇਹ ਰਾਈਟ ਅਪ ਕਮੇਟੀ ਵਿੱਚ ਜਾਂ ਸਾਡੀ ਲਿਖਣੀ ਵਿੱਚ ਕਾਫੀ ਸਹਿਯੋਗ ਦਿੰਦੀ ਸੀ, ਪਰ ਬ੍ਰਿਸਿਕ ਬ੍ਰੇਨ ਚਾਈਲਡ ਭੱਲਾ ਸਾਹਿਬ ਹੁੰਦਾ ਸੀ, ਕਿਉਂਕਿ ਮੈਂ ਤਾਂ ਭੱਲਾ ਸਾਹਿਬ ਡਾਇਰੀ ਲੈ ਕੇ ਨਾ ਸਾਰੇ ਜੋਕਸ ਜਿਹੜੇ ਸਾਲ ਦੇ ਨਵੇਂ ਜੋਕਸ ਆਉਣੇ ਉਹ ਰਾਈਟ ਅਪ ਕਰ ਲੈਣੇ, ਪਰ ਭੱਲਾ ਸਾਹਿਬ ਕਹਿੰਦੇ ਸੀ ਵੀ ਜੋਕ ਨੂੰ ਲੋਕ ਐਂ ਨਹੀਂ ਸੁਣਦੇ ਜਦ ਤੱਕ ਇਹ ਸਟੋਰੀ 'ਚ ਨਾ ਪ੍ਰੂਵ ਹੋ। ਬਿਲਕੁਲ। ਅਸੀਂ ਫਿਰ ਰੱਬ ਦੀ ਕਿਰਪਾ ਨਾਲ ਜਦੋਂ ਗੈਰੀ ਜੀ ਸਕ੍ਰਿਪਟ ਲਿਖਦੇ ਸੀ ਨਾ, ਸਾਡੀ ਹੁੰਦੀ ਸੀ ਕੋਸ਼ਿਸ਼ ਵੀ ਇੱਕ ਫਲੋ ਬਣ ਜਾਵੇ ਸਟੋਰੀ ਦਾ, ਵੀ ਇੱਕ ਵਾਰੀ ਤੁਸੀਂ ਨਾ ਔਨ ਕਰ ਲਿਆ 45 ਮਿੰਟ ਬੰਦਾ ਬੰਦ ਨਾ ਕਰੇ, ਫਿਰ ਹੁਣ ਪੂਰੀ ਸੁਣਨੀ ਦੇਖਣੀ ਪਊਗੀ, ਬਿਕੋਜ਼ ਕਮੇਡੀ ਤਾਂ ਹੀ ਬੰਦੀ ਜੇ ਤੁਸੀਂ ਲੜੀ 'ਚ ਬਣਾਈ ਹੋਵੇ। ਸੋ ਕਮੇਡੀ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀਗੇ ਵੀ ਜੋਕਸ ਨੂੰ ਫਿੱਟ ਕਰਕੇ, ਪਰ ਇੱਕ ਸਟੋਰੀ ਬਣਾ ਲਓ, ਚੰਦ ਕੌਰ ਵਿੱਚ ਪਾਲੀ, ਨੀਲੂ ਜੀ ਆ ਗਏ, ਮੈਂ ਆ ਗਿਆ, ਭੱਲਾ ਜੀ ਆ ਗਏ, ਉਹ ਸਾਰੇ ਰਲ ਕੇ ਇੱਕ ਲਾਈਨ ਬਣਦੀ ਸੀ। ਜੀ 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 ਅਤੇ ਮਤਲਬ ਕਾਫੀ ਮਿਹਨਤ ਲੱਗਦੀ ਸੀ ਇਹ ਚੀਜ਼ਾਂ ਨੂੰ ਬਣਾਉਣ 6-8 ਮਹੀਨੇ ਲੱਗਦੇ ਸੀ। ਅਤੇ ਹੁਣ ਮੈਂ ਗੱਲ ਕਰੂੰਗਾ ਲਾਸਟ ਛਣਕਾਟਾ ਦੀ 2009 ਦੇ ਵਿੱਚ ਮਿੱਠੇ ਪੁੱਛੇ ਜੀ, ਅਤੇ ਕਿੱਦਾਂ ਦਾ ਮਾਹੌਲ ਸੀਗਾ ਸੈੱਟ ਦਾ ਕਿ ਪਹਿਲਾਂ ਹੀ ਤੁਹਾਨੂੰ ਪਤਾ ਸੀਗਾ ਵੀ ਇਹ ਲਾਸਟ ਆਉਣ ਵਾਲਾ ਹੈ ਅਤੇ ਇਸ ਤੋਂ ਬਾਅਦ ਅਸੀਂ ਬ੍ਰੇਕ ਲੈਣੀ? ਇਸ ਤਰ੍ਹਾਂ ਨਹੀਂ ਸੀਗਾ, ਬੇਸਿਕਲੀ ਮੈਂ ਦੱਸਦਾ ਕਿ ਮਿੱਠੇ ਪੁੱਛੇ ਸੁਪਰ ਡੁਪਰ ਹਿੱਟ ਰਹੀ ਆ, ਪਰ ਇੱਕ ਕਹਿ ਲਓ ਵੀ ਯੁੱਗ ਜਿਹੜਾ ਉਹ
ਟਰਾਂਜੀਸ਼ਨ ਹੁੰਦੀ ਆ ਬਿਲਕੁਲ, ਯਾਨੀ ਪਹਿਲਾਂ ਆਡੀਓ ਕੈਸੇਟ ਆਈ ਜੀ, ਫਿਰ ਸੀ ਡੀ ਆਇਆ, ਫਿਰ ਡੀ ਵੀ ਡੀ ਆਇਆ, ਫਿਰ ਪੈਨ ਡਰਾਈਵ ਆਈ ਨਾ ਜੀ, ਫਿਰ ਜਦੋਂ ਘੱਟਦੇ ਘੱਟਦੇ ਨੈੱਟ ਆ ਗਿਆ, ਯੂਟਿਊਬ ਆ ਗਈ, ਤਾਂ ਮੈਂ ਸਮਝਦਾ ਵੀ ਸੀ ਡੀ ਦੀ ਡੀ ਵੀ ਡੀ ਸੇਲ ਜਿਹੜੀ ਉਹ ਰਹੀ ਨਹੀਂ, ਕੰਪਨੀਆਂ ਦੀ ਵਾਇਬਿਲਟੀ ਖਤਮ ਹੋ ਗਈ। ਬਿਲਕੁਲ, ਜਦੋਂ ਵਾਇਬਿਲਟੀ ਖਤਮ ਹੋ ਗਈ ਤੇ ਹੁਣ ਮਤਲਬ ਜਿਹੜਾ ਯੁੱਗ ਆ ਗਿਆ, ਨੈੱਟਫਲਿਕਸ ਆ ਗਿਆ, ਐਮਾਜ਼ੋਨ ਆ ਗਿਆ, ਯਾਨੀ ਪਰਮਾਤਮਾ ਇੱਕ ਰਾਹ ਬੰਦ ਕਰਦਾ, ਦੋ ਹੋਰ ਖੋਲਦੇ। ਬਿਲਕੁਲ, ਫਿਲਮਾਂ ਆ ਗਈਆਂ। ਬਿਲਕੁਲ, ਸੋ ਇਸ ਕਰਕੇ ਅਸੀਂ ਸੋਚਦੇ ਹਾਂ ਵੀ ਹੁਣ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਰੱਬ ਦੀ ਕਿਰਪਾ ਨਾਲ ਕੋਸ਼ਿਸ਼ ਕਰਾਂਗੇ, ਕੁਛ ਐਸਾ ਪ੍ਰੋਡਿਊਸ ਕਰੀਏ ਜਿਹੜਾ ਇਹ ਵੱਡੇ ਵੱਡੇ ਜਿਹੜੇ ਚੈਨਲ ਆ, ਨੈੱਟਫਲਿਕਸ ਆ, ਐਮਾਜ਼ੋਨ ਵੀਡੀਓ, ਪ੍ਰਾਈਮ ਆ, ਜਾਂ ਹੋਰ ਜਿਹੜੇ ਨੈੱਟ ਯੂਟਿਊਬ ਆ, ਇਹ ਦੇਖਣ ਅਤੇ ਇਹਦੇ ਰਾਹੀਂ ਚੀਜ਼ ਰਿਲੀਜ਼ ਹੋਵੇ, ਕੋਈ ਵੱਡੀ ਕੰਪਨੀ ਜਿਹੜੀ ਉਹ ਵੀ 4 ਪੈਸੇ ਕਮਾਵੇ, ਅਤੇ ਭੱਲਾ ਜੀ ਦਾ ਨਾਮ ਤਾਂ ਆਲਰੇਡੀ ਰੱਬ ਦੀ ਕਿਰਪਾ ਹੈਗਾ, ਹੋਰ ਸੁਪਰ ਡੁਪਰ ਘਰ ਘਰ ਪਹੁੰਚੇ ਵਾਇਆ ਨੈੱਟ, ਅਤੇ ਦੇਖਦੇ ਹਾਂ ਕੀ ਸਮਾਂ ਸਾਨੂੰ। ਬਿਲਕੁਲ, ਅਤੇ ਵੈਸੇ ਮੈਂ ਦੱਸਦਾ ਦਰਸ਼ਕਾਂ ਨੂੰ ਕਿ ਜਿਹੜੇ ਅੱਜ ਕੱਲ੍ਹ ਵੈਬ ਸੀਰੀਜ਼ਾਂ ਚੱਲ ਰਹੀਆਂ ਨੇ, ਅਤੇ ਸਰ ਉਹਨਾਂ ਨੇ ਬਹੁਤ ਸਾਲ ਪਹਿਲਾਂ ਇਸ ਚੀਜ਼ਾਂ ਸ਼ੁਰੂ ਕਰ ਦਿੱਤੀਆਂ ਸੀਗੀਆਂ, ਅਤੇ 27 ਛਣਕਾਟੇ ਮਤਲਬ ਯਾਰ ਬੋਲਣਾ ਬਹੁਤ ਸੌਖਾ ਪਰ ਇਹਨੂੰ ਨਿਭਾਉਣਾ ਬਹੁਤ ਔਖਾ ਸਰ ਨਾ। ਅਤੇ ਹੁਣ ਜੇ ਤੁਹਾਡੇ ਰੀਸੈਂਟਲੀ ਜੀ ਗੱਲ ਕਰੀਏ ਤਾਂ ਰੀਸੈਂਟਲੀ ਕੀ ਨਵਾਂ ਆ ਰਿਹਾ, ਕਿ ਕਿਸਾਨਾਂ ਲਈ ਅੱਜ ਵੀ ਸੇਵਾ ਉਵੇਂ ਚੱਲ ਰਹੀ ਹੈ ਜਾਂ ਬੰਦ ਕਰ? ਯੈਸ, ਉਹ ਮੇਰਾ ਪੈਸ਼ਨ ਆ ਜੀ, ਮੈਂ ਰਿਟਾਇਰਮੈਂਟ ਤੋਂ ਬਾਅਦ ਵੀ ਜੁੜਿਆ ਹੋਇਆ, ਮੈਨੂੰ ਮਤਲਬ ਪੰਜਾਬ ਸਰਕਾਰ ਦੇ ਵੀ ਕਈ ਸਾਰੇ ਮਹਿਕਮੇ ਜਿਹੜੇ ਆ ਉਹ ਕਹਿੰਦੇ ਆ ਵੀ ਸ਼ਰਮਾ ਜੀ ਗੱਲ ਆ, ਸਾਡੇ ਕੋਲ ਵਰਲਡ ਬੈਂਕ ਦੇ ਬਹੁਤ ਫੰਡ ਆਉਂਦੇ ਆ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਪ੍ਰਚਾਰ ਪ੍ਰਸਾਰ ਕਰਕੇ ਸਾਡੇ ਸੁਨੇਹੇ ਘਰ ਤੱਕ ਪਹੁੰਚਾਉਣੇ ਆ, ਪਰ ਸਰਕਾਰ ਦੇ ਵਿੱਚ ਟੈਂਡਰ ਕਿਵੇਂ ਕਰਨਾ, ਇਹਨੂੰ ਅਸੀਂ ਕੰਪਨੀ ਕਿਹੜੀ ਸਿਲੈਕਟ ਕਰਨੀ, ਜਿੰਗਲ ਕਿਵੇਂ ਲਿਖਣਾ, ਸਟੋਰੀ ਕਿਵੇਂ ਬਣਾਉਣੀ, ਸ਼ਾਰਟ ਸਟੋਰੀ ਕਿਵੇਂ ਬਣਾਉਣੀ, ਇੰਸਪੀਰੇਸ਼ਨ ਸਟੋਰੀਆਂ ਕਿਵੇਂ ਤਿਆਰ ਕਰਨੀਆਂ, ਮੈਂ ਹੱਸਦੇ ਖੇਡਦੇ ਮੇਰਾ ਸ਼ੌਕ ਹੈ ਜੀ, ਤਾਂ ਮੈਂ ਕਰਦਾ ਉਹ ਕਹਿੰਦੇ ਵੀ ਸਾਨੂੰ ਤੁਸੀਂ ਗਾਈਡ ਕਰੋ, ਇਹਦੇ ਨਾਲ ਕਿਸਾਨਾਂ ਨੂੰ ਅਸੀਂ ਵੱਧ ਤੋਂ ਵੱਧ ਸੂਚਨਾ ਪਹੁੰਚਾਈਏ, ਤਾਂ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਜਿੱਦਾਂ ਮੈਨੂੰ ਮਹਿਕਮੇ ਸਾਰੇ ਅਪਰੋਚ ਕਰ ਰਹੇ ਆ, ਤਾਂ ਮੈਂ ਇਹੋ ਜਿਹੇ ਸ਼ੋਅ ਜਿਹੜੇ ਲੈ ਕੇ ਲੋਕਾਂ ਨਾਲ ਜੁੜਿਆ ਰਹੂੰਗਾ। ਅਤੇ ਮਨ ਦੀ ਇੱਛਾ ਕੀ ਹੈਗੀ ਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਕਿਸਾਨ ਦੀ ਉਪਜ ਵਿਦੇਸ਼ੀ ਮੰਡੀਆਂ 'ਚ ਕਿਵੇਂ ਪਹੁੰਚਾਉਣੀ ਆ, ਉਹਨਾਂ ਮੰਡੀਆਂ 'ਚ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਦੇ ਕੰਟਰੀਆਂ 'ਚ। ਅਤੇ ਮੈਂ ਹੁਣ ਆਹ ਦੁਬਈ 'ਚ ਜਾਣਾ 10 ਦਿਨਾਂ ਵਾਸਤੇ, 10 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਉਹ ਤਾਂ ਹੀ ਚੱਲਿਆ ਦੁਬਈ ਵੀ, ਉੱਥੇ ਵਰਲਡ ਦੇ ਇੱਕ ਫੂਡ ਫੈਸਟੀਵਲ ਲੱਗਦਾ ਗਲਫ ਫੂਡ ਸ਼ੋ, ਦੁਨੀਆ ਭਰ ਦੇ ਸਾਰੇ ਵਪਾਰੀ ਉੱਥੇ ਆਏ ਹੋਣੇ ਆ ਜਿਨ੍ਹਾਂ ਨੇ ਆਪਣੇ ਸਟਾਲ ਲਾਉਣੇ ਆ। ਉੱਥੇ ਮੈਂ ਇਹੀ ਦੇਖ ਕੇ ਆਉਣਾ ਵੀ ਅਸੀਂ ਪੰਜਾਬ ਦੇ ਕਿਸਾਨ ਦਾ ਗੁੜ, ਸ਼ੱਕਰ ਕਿਹੜੀ ਚੀਜ਼ ਉਹਨਾਂ ਨੂੰ ਹੋਰ ਦੇ ਸਕਦੇ ਵਧੀਆ ਤਰ੍ਹਾਂ, ਉੱਥੇ ਸ਼ਹਿਦ ਕਿਵੇਂ ਬਚਾ ਸਕਦੇ ਹਾਂ, ਮੇਰਾ ਇਹ ਵੀ ਸ਼ੌਕ ਆ। ਅਦਰ ਦੈਨ ਕਮੇਡੀ, ਮੈਂ ਕਹਿੰਦਾ ਪੰਜਾਬ ਦੀ ਕਮੇਡੀ ਤਾਂ ਬਾਹਰ ਪਰੋਸੀਏ, ਪੰਜਾਬ ਦੀ ਜਿਹੜੀ ਖਾਣ ਵਾਲੀਆਂ ਚੀਜ਼ਾਂ ਵਾ, ਗੁੜ, ਸ਼ੱਕਰ, ਇਹ ਮਸਾਲੇ, ਇਹ ਵੀ ਬਾਹਰ ਲੋਕਾਂ ਨੂੰ ਪਰੋਸੀਏ, ਸਾਡੇ ਕਿਸਾਨ ਨੂੰ ਘੱਟੋ ਘੱਟ ਵੈਲਿਊਡੇਸ਼ਨ ਕਰਕੇ ਵੱਧ ਪੈਸਾ ਮਿਲੇ ਅਤੇ ਖੁਸ਼ਹਾਲੀ ਆਵੇ, ਖੁਦਕੁਸ਼ੀਆਂ ਘਟਣ ਅਤੇ ਕਿਸਾਨ ਮਾਲਾ ਮਾਲ ਹੋਵੇ। ਜੀ ਜੀ, ਕਿਆ ਬਾਤ ਹੈ। ਅਤੇ ਮੈਂ ਦੱਸ ਦੇਣਾ ਚਾਹੁੰਦਾ ਆਡੀਅੰਸ ਨੂੰ ਕਿ ਸਰ ਦੀ ਰਿਟਾਇਰਮੈਂਟ ਵੀ ਹੋ ਚੁੱਕੀ ਹੈ, ਅਤੇ ਸਰ ਹੁਣ ਸਾਨੂੰ ਆਡੀਅੰਸ ਨੂੰ ਤੁਸੀਂ ਆਪਣੇ ਮੂੰਹੋਂ ਦੱਸੋ ਕਿ ਆਉਣ ਵਾਲੇ ਸਮੇਂ 'ਚ ਫਿਲਮਾਂ 'ਚ ਨਜ਼ਰ ਆਉਂਗੇ ਜਾਂ ਛਣਕਾਟਾ ਵਾਪਸ ਲੈ ਕੇ ਆਉਂ? ਮੈਂ ਪਹਿਲਾਂ ਵੀ ਪੁੱਛਿਆ ਸੀਗਾ ਜੀ। ਦੇਖੋ, ਛਣਕਾਟਾ ਤਾਂ ਵਾਪਸ ਲੈ ਕੇ ਆਉਣਾ ਹੀ ਆ। ਅੱਛਾ ਜੀ, ਭੱਲਾ ਜੀ ਦਾ ਬੜਾ ਮਨ ਹੈਗਾ, 31 ਮਈ ਨੂੰ ਭੱਲਾ ਜੀ ਨੇ ਸੇਵਾ ਮੁਕਤ ਹੋ ਜਾਣਾ, ਉਹ ਕਹਿੰਦੇ ਫਿਰ ਮੇਰੇ ਕੋਲ ਟਾਈਮ ਦੀ ਕੰਸਟ੍ਰੇਂਟ ਨਹੀਂ ਰਹੂਗੀ, ਮੈਂ ਫੁੱਲ ਟਾਈਮ ਆਊਂਗਾ। ਛਣਕਾਟਾ ਸ਼ੋਅ, ਛਣਕਾਟਾ ਫਿਲਮਾਂ, ਅਸੀਂ ਛਣਕਾਟਾ 2020 ਪਲਾਨ ਕਰ ਰਹੇ ਹਾਂ ਜੀ, ਫਿਲਮ ਅਸੀਂ ਉਹ ਲਿਖਵਾ ਰਹੇ ਹਾਂ, ਉਹ ਵੀ ਫਿਲਮ ਲੈ ਕੇ ਮਾਰਕੀਟ 'ਚ ਆਉਣੀ ਆ। ਸੋ ਇਹ ਤਾਂ ਸਾਡਾ ਸ਼ੌਕ ਹੈਗਾ, ਪਰ ਨਾਲ ਦੀ ਨਾਲ ਮੇਰੀ ਮਨ 'ਚ ਹੈਗੀ ਆ ਕਿ ਮੈਂ ਆਪਣੀ ਜਿਹੜੀ ਵਕਤ ਜਿਹੜਾ, ਜਿਵੇਂ ਪਹਿਲਾਂ ਮੈਂ ਮਾਰਕਫੀਡ ਵਿੱਚ ਵੀ ਜੋਬ ਕਰਦਾ ਸੀਗਾ, ਅਤੇ ਮੇਰਾ ਸੀਗਾ ਵੀ ਮਾਰਕਫੀਡ ਇਜ਼ ਫਸਟ, ਐਂਡ ਜੇ ਮੈਨੂੰ ਟਾਈਮ ਮਿਲਦਾ ਸੀ ਮੈਂ ਆਪਦੀ ਕਮੇਡੀ ਜਾਂ ਬਾਕੀ ਕਲਾਕਾਰੀ ਕਰਦਾ ਸੀਗਾ, ਪਰ ਹੁਣ ਮੇਰੇ ਕੋਲ ਟਾਈਮ ਰਿਲੇਟਿਵਲੀ ਜ਼ਿਆਦਾ ਹੋਏਗਾ। ਸੋ ਜੇ ਮੈਂ ਅੱਗੇ ਬਹੁਤ ਘੱਟ ਮਾਤਰਾ ਵਿੱਚ ਜਾ ਪੈਂਦਾ ਸੀ ਫਿਲਮਾਂ ਵਿੱਚ, ਜਾਂ ਅਦਰ ਹੁਣ ਵੱਧ ਕੋਸ਼ਿਸ਼ ਕਰਕੇ ਵੱਧ ਮਿਲੂੰਗਾ, ਪਰ ਨਾਲ ਦੀ ਨਾਲ ਕਿਸਾਨਾਂ ਦੇ ਹਿੱਤ ਨੂੰ ਮੈਂ ਭੁੱਲੂਗਾ ਨਹੀਂ। ਜਿਹੜੇ ਕਿਸਾਨ ਹੈਗੇ ਆ ਉਹਨਾਂ ਦੀ ਉਪਜ ਨੂੰ ਜੇ ਵਿਦੇਸ਼ਾਂ ਮੰਡੀਆਂ ਪਹੁੰਚਾਉਣਾ ਉਹ ਮੇਰਾ ਸੁਪਨਾ ਹੈਗਾ, ਉਹ ਮੈਂ ਕਰਦਾ ਰਹੂੰਗਾ। ਜੀ ਜੀ, ਅਤੇ ਸਰ ਜਾਂਦੇ ਜਾਂਦੇ ਸਾਡੀ ਆਡੀਅੰਸ ਨੂੰ ਵੀ ਕੁਛ ਮੈਸੇਜ ਦੇ ਦਿਓ ਵਧੀਆ ਜਿਹਾ, ਕਿਉਂਕਿ ਵੇਲਾ ਇਜਾਜ਼ਤ ਲੈਣ ਦਾ ਹੋ ਗਿਆ ਤੁਹਾਡੇ ਤੋਂ। ਦੇਖੋ, ਮੈਂ ਕੋਈ ਮੈਸੇਜ ਦੇਣ ਦੀ ਸਮਰੱਥਾ ਤਾਂ ਹੈ ਨਹੀਂਗਾ, ਪਰ ਬਹੁਤ ਸਾਰੇ ਪੰਜਾਬੀਆਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੂੰਗਾ ਕਿ ਜਿਵੇਂ ਗੁਰਦਾਸ ਮਾਨ ਜੀ ਕਹਿੰਦੇ ਹੁੰਦੇ ਆ, ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਆ। ਸਿਹਤ ਜਿਹੜੀ ਆ ਇਹ ਬਹੁਤ ਵੱਡਾ ਧੰਨ ਵਾ ਜੇ ਸਾਡੇ ਕੋਲ ਸਿਹਤ ਪੱਲੇ ਹੈਗੀ ਆ, ਬਾਕੀ ਖੁਸ਼ੀਆਂ ਤਾਂ ਹੀ ਹੈਗੀਆਂ। ਇਸ ਕਰਕੇ ਜਦੋਂ ਆਪਾਂ 24 ਘੰਟੇ ਦਿਨ 'ਚ ਆਪਾਂ
ਬਾਰਾਂ ਦਸ ਦਿਨਾਂ ਕੰਮ ਕਰਦੇ ਹਾਂ, ਉਹ 'ਚ ਅੱਧਾ ਘੰਟਾ ਘੰਟਾ 45 ਮਿੰਟ ਜ਼ਰੂਰ ਸਿਹਤ ਵਾਸਤੇ ਕੱਢੋ। ਆਪਣੀ ਸਿਹਤ ਨੂੰ ਜੇ ਨਿਰੋਗ ਰੱਖ ਲਿਆ ਤੁਸੀਂ ਤਾਂ ਬਾਕੀ ਸਾਰੀਆਂ ਪ੍ਰਾਪਤੀਆਂ ਹੋ ਗਈਆਂ। ਸੋ ਇਸ ਕਰਕੇ ਮੈਂ ਚਾਹੂੰਗਾ ਸਾਰੇ ਪੰਜਾਬੀ ਦੁਨੀਆਂ ਜਿਹੜੇ ਵਾਸਤੇ ਆ ਉਹ ਸਾਰੇ ਆਪਣੀਆਂ ਸਿਹਤਾਂ ਵਾਸਤੇ ਇਸ ਸਾਲ ਵਾਸਤੇ ਬਹੁਤ ਹੀ ਵਧੀਆ ਸਮਾਂ ਲਗਾਉਣ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਸਿਹਤ ਦਾ ਖਿਆਲ ਰੱਖਣ। ਥੈਂਕ ਯੂ ਸੋ ਮਚ ਸਰ, ਤੁਹਾਡਾ ਬਹੁਤ ਬਹੁਤ ਸਾਡੇ ਸ਼ੋਅ ਦੇ ਵਿੱਚ ਆਉਣ ਦੇ ਲਈ। ਅਤੇ ਇੱਥੇ ਵੇਲਾ ਹੋ ਗਿਆ ਜੀ ਹੁਣ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ, ਅਤੇ ਅਗਲੀ ਵਾਰੀ ਫਿਰ ਹਾਜ਼ਰ ਹੋ ਜਾਵਾਂਗੇ ਨਵੇਂ ਸੈਲੀਬ੍ਰਿਟੀ ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਗੈਰੀ ਨੂੰ ਦਿਓ ਇਜਾਜ਼ਤ, ਅਤੇ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਜੋ ਹਰ ਕਦਮ ਤੁਹਾਡੇ ਨਾਲ।